ਨਿਊਜ਼ੀਲੈਂਡ ਦੀ ਸਟੱਡੀ ਲਈ ਦੇਰੀ ਕਿਉਂ ਉੱਠੋ ਤੇ ਕਾਲ ਕਰੋ ESS ਗਲੋਬਲ ਨੂੰ ਤੇ ਪਾਓ ਵੀਜ਼ਾ ਸਮੇਤ ਪੂਰੀ ਕੈਰੀਅਰ ਕਾਉਂਸਲਿੰਗ ਦੀ ਜਾਣਕਾਰੀ ਵਿਦੇਸ਼ ਜਾਣ ਦੇ ਤੁਹਾਡੇ ਸੁਪਨੇ ਪੂਰੇ ਕਰੇਗੀ ਸਾਡੀ ਐਕਸਪਰਟ ਟੀਮ ਕੰਟੈਕਟ ESS ਗਲੋਬਲ 9988350111 ਸਤਿ ਸ਼੍ਰੀ ਅਕਾਲ ਜੀ ਦੇਸ਼ੋ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਪਿਛਲੇ ਹਫ਼ਤੇ ਅਸੀਂ ESS ਗਲੋਬਲ ਤੋਂ ਆਏ ਹੋਏ ਐਕਸਪਰਟ ਗੁਰਿੰਦਰ ਭੱਟੀ ਜਿਨ੍ਹਾਂ ਦੇ ਨਾਲ ਸ਼ੋਅ ਦੇ ਵਿੱਚ ਜਿਹੜੀ ਗੱਲ ਕੀਤੀ ਸੀ ਉਹਦਾ ਮੁੱਦਾ ਸੀਗਾ ਕਿ ਇੱਕ ਫਾਈਲ ਨੂੰ ਕਿਵੇਂ ਅੰਬੈਸੀ ਦੇ ਵਿੱਚ ਪ੍ਰੈਜੈਂਟ ਕੀਤਾ ਜਾਂਦਾ ਉਹ 'ਤੇ ਮੁਨਸਰ ਕਰਦਾ ਬਹੁਤ ਡਿਪੈਂਡ ਕਰਦਾ ਕਿ ਵੀਜ਼ਾ ਆਉਣਾ ਜਾਂ ਨਹੀਂ ਆਉਣਾ ਸੋ ਇਸ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਨੇ ਮਾਂ ਪਿਓ ਨੇ ਫੀਡਬੈਕ ਭੇਜੀ ਹੈ ਕਿ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਆਸਟ੍ਰੇਲੀਆ ਬਾਰੇ ਹੋਰ ਡਿਟੇਲ ਦੇ ਵਿੱਚ ਚਰਚਾ ਜਿਹੜੀ ਇਹ ਕੀਤੀ ਜਾਵੇ ਵੱਡੀ ਸਮੱਸਿਆ ਜਿਹੜੀ ਸਭ ਤੋਂ ਜ਼ਿਆਦਾ ਬੱਚੇ ਨੇ ਇਸ ਵਕਤ ਭੇਜੀ ਹੈ ਕਿ ਔਫਰ ਲੈਟਰ ਨਾ ਆਉਣਾ ਜੇ ਔਫਰ ਲੈਟਰ ਆ ਗਈ ਸੀ ਉਹ ਫੀਸ ਭਰਾ ਕੇ ਸੀ ਓ ਹੀ ਨਾ ਦੇਣਾ ਇਹ ਕਾਲਜ ਅਤੇ ਯੂਨੀਵਰਸਿਟੀਆਂ ਦੀ ਇੱਕ ਵੱਡੀ ਸਮੱਸਿਆ ਇਸ ਵਕਤ ਬਣਦੀ ਜਾ ਰਹੀ ਹੈ ਸ਼ੁਰੂਆਤ ਵੀ ਇੱਥੋਂ ਹੀ ਕਰਾਂਗੇ ਗੁਰਿੰਦਰ ਜੀ ਸਵਾਗਤ ਸਭ ਤੋਂ ਪਹਿਲਾਂ ਦਾ ਥੈਂਕ ਯੂ ਵੈਰੀ ਮੱਚ ਰਣਬੀਰ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਬੱਚੇ ਸਵਾਲ ਪੁੱਛਿਆ ਕਿ ਔਫਰ ਲੈਟਰ ਵੇਲੇ ਕਿਹੜੀ ਕਿਹੜੀ ਛਾਣਬੀਣ ਹੈ ਇਨਕੁਆਇਰੀ ਹੈ ਬੱਚੇ ਦੀ ਕੀਤੀ ਜਾਂਦੀ ਹੈ ਫੋਰ ਐਗਜ਼ਾਮਪਲ ਆਪਾਂ ਉਹਦੇ ਕੋਲ ਸਰਟੀਫਿਕੇਟ ਭੇਜ ਦਿੰਦੇ ਹਾਂ ਪਰਸੈਂਟੇਜ ਉਹਨੂੰ ਪਤਾ ਲੱਗ ਜਾਂਦੀ ਹੈ ਫਿਰ ਐਸੇ ਕਿਹੜੇ ਕਾਰਨ ਹੋ ਜਾਂਦੇ ਨੇ ਜਦੋਂ ਅਸੀਂ ਫੀਸ ਭਰ ਦਿੰਦੇ ਹਾਂ ਤਾਂ ਸੀਓ ਤੇ ਮਨਾ ਹੋ ਜਾਂਦਾ ਕਿ ਅਸੀਂ ਸੀਓ ਨਹੀਂ ਦੇ ਸਕਦੇ ਕੀ ਕਾਰਨ ਆਹ ਦੇਖੋ ਦੋਵੇਂ ਨਾ ਡਿਫਰੈਂਟ ਡਿਫਰੈਂਟ ਪ੍ਰੋਸੈਸ ਹੈਗੇ ਆ ਜਿੱਦਾਂ ਤੁਸੀਂ ਕੀਤਾ ਕਿ ਵੀ ਅਸੀਂ ਹੁਣੇ ਤੁਸੀਂ ਕਿਹਾ ਕਿ ਵੀ ਅਸੀਂ ਲਾਸਟ ਸ਼ੋਅ ਦੇ ਵਿੱਚ ਡਿਸਕਸ ਕੀਤਾ ਸੀ ਕਿ ਜਿਹੜੀਆਂ ਫਾਈਲਾਂ ਅੰਬੈਸੀ ਦੇ ਵਿੱਚ ਜਾ ਰਹੀਆਂ ਉਹ ਕਿਸ ਤਰੀਕੇ ਪ੍ਰੈਜੈਂਟ ਹੋ ਰਹੀਆਂ ਔਰ ਰਿਫਿਊਜ਼ਲ ਦੇ ਮੇਨ ਕਾਰਨ ਕੀ ਗਿਆ ਅਸੀਂ ਰਿਫਿਊਜ਼ਲ ਦੇ ਕਾਰਨ ਆਈਡੈਂਟੀਫਾਈ ਕੀਤੇ ਸੀਗੇ ਐਂਡ ਜਿਹੜਾ ਹੁਣ ਤੁਹਾਡਾ ਸਵਾਲ ਹੈ ਕਿ ਆਫਰ ਲੈਟਰ ਤੇ ਆ ਜਾਂਦੀ ਹੈ ਕਈ ਲੋਕਾਂ ਨੂੰ ਤੇ ਆਫਰ ਲੈਟਰ ਦੇ ਵਿੱਚ ਕਾਫੀ ਜ਼ਿਆਦਾ ਸਮੱਸਿਆ ਆ ਰਹੀ ਹੈ ਉਹਦੇ ਬਾਅਦ ਚੋਂ ਕਈਆਂ ਜਿਨ੍ਹਾਂ ਦੀ ਆਫਰ ਲੈਟਰ ਆ ਜਾਂਦੀ ਆਫਰ ਲੈਟਰ ਆਉਣ ਤੋਂ ਬਾਅਦ ਸੀਓਈ ਦੇ ਟਾਈਮ ਦੇ ਉੱਤੇ ਸੀਓਈ ਕੈਂਸਲ ਹੋ ਜਾਂਦੀ ਹੈ ਜਾਂ ਸੀਓਈ ਡਿਲੇ ਹੋ ਜਾਂਦੀ ਹੈ ਜਾਂ ਸੀਓਈ ਡੈਫਰ ਨਹੀਂ ਹੁੰਦੀ ਉਹਦੇ ਮੇਨ ਕੀ ਕਾਰਨ ਆ ਇਹ ਦੋਵੇਂ ਜਿਹੜੇ ਡਿਪਾਰਟਮੈਂਟ ਜਿਸ ਤਰੀਕੇ ਇੰਟਰਨੈਸ਼ਨਲ ਆਫਿਸ ਇੱਕ ਯੂਨੀਵਰਸਿਟੀ ਦਾ ਕੰਮ ਕਰਦਾ ਦੋਵੇਂ ਡਿਪਾਰਟਮੈਂਟ ਵੱਖਰੇ ਵੱਖਰੇ ਹੁੰਦੇ ਨੇ ਹੈਗਾ ਇੰਟਰਨੈਸ਼ਨਲ ਆਫਿਸ ਹੀ ਹੈ ਬਟ ਟੀਮ ਇਹਨਾਂ ਦੀ ਡਿਫਰੈਂਟ ਡਿਫਰੈਂਟ ਹੈ ਜਦੋਂ ਉਹਨਾਂ ਨੇ ਆਫਰ ਲੈਟਰ ਜਨਰੇਟ ਕਰਨੀ ਹੈ ਉਹਨਾਂ ਦੀ ਇੱਕ ਸਿਸਟਮ ਜਨਰੇਟਡ ਆਫਰ ਲੈਟਰ ਆ ਜਾਂਦੀ ਹੈ ਜਿਹਦੇ ਵਿੱਚ ਬੱਚੇ ਦੀਆਂ ਡਿਟੇਲਸ ਪੈਂਦੀਆਂ ਉਹਨਾਂ ਨੇ ਦੇਖਦੇ ਕਿ ਵੀ ਪ੍ਰੋਟੋਕੋਲ ਦੇ ਅਕੋਰਡਿੰਗ ਹੈਗਾ ਵਾ ਸਟੂਡੈਂਟ ਰਿਕੁਆਇਰਮੈਂਟ ਮੀਟ ਕਰ ਰਿਹਾ ਜੋ ਉਹਨਾਂ ਦੀ ਵੈਬਸਾਈਟ 'ਤੇ ਅਤੇ ਜਾਂ ਉਹਨਾਂ ਦੀ ਆਪਣੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਮੀਟ ਕਰ ਰਿਹਾ ਆਫਰ ਲੈਟਰ ਇਸ਼ੂ ਹੋ ਜਾਂਦੀ ਹੈ ਕਿਸੇ ਵੇਲੇ ਕੀ ਹੁੰਦਾ ਕਿ ਵੀ ਜਦੋਂ ਉਹਦੇ ਫੰਡਸ ਜਾਂਦੇ ਆ ਜਦੋਂ ਉਹਦੀ ਆਮਦਨੀ ਦਾ ਸਬੂਤ ਜਾਂਦਾ ਵਾ ਤੇ ਜਦੋਂ ਉਹਦੀ ਉਹੀ SOP ਬਣ ਕੇ ਜਾਂਦੀ ਹੈ ਕਿ ਜਿਹੜੀ ਫਾਈਲ ਉਹ ਕਹਿੰਦੇ ਆ ਅੰਬੈਸੀ ਪ੍ਰੈਜੈਂਟ ਕਰਨੀ ਹੈ ਤੁਸੀਂ ਸਾਨੂੰ ਪਹਿਲੇ ਇੱਕ ਵਾਰ ਦਿਖਾ ਦਿਓ ਔਨ ਦਾ ਟਾਈਮ ਆਫ ਇਸ਼ੂਇੰਗ ਦਾ COI ਉਸ ਟਾਈਮ ਦੇ ਉੱਤੇ ਉਹ ਸਾਰੀ ਅਸੈਸਮੈਂਟ ਕਰਦੇ ਆ ਜੇਕਰ ਉਹਨਾਂ ਨੂੰ 1% ਵੀ ਲੱਗਦਾ ਹੈ ਕਿ ਯਾਰ ਇਹ ਸਟੂਡੈਂਟ ਜੋ ਕਹਿ ਰਿਹਾ ਹੈ ਐਂਡ ਜੋ ਇਹਨੇ ਆਫਰ ਲੈਟਰ ਦੇ ਟਾਈਮ ਤੇ ਕਿਹਾ ਸੀ ਔਰ ਜੋ ਇਹ ਹੁਣ ਕਹਿ ਰਿਹਾ ਦੋਵਾਂ ਦੇ ਵਿੱਚ ਫਰਕ ਹੈ ਐਂਡ ਸਾਨੂੰ ਨਹੀਂ ਲੱਗਦਾ ਕਿ ਇਹ ਬੰਦਾ ਇੱਥੇ ਆ ਕੇ ਇਹ ਜਿਹੜੀ ਪੜ੍ਹਾਈ ਕਰੂਗਾ ਇਹਨਾਂ ਨੂੰ ਕੋਈ ਬੈਨੀਫਿਟ ਮਿਲ ਸਕਦਾ ਵਾ ਸੋ ਜਿਸ ਕਰਕੇ ਜਿਹੜਾ ਵਾ ਉਹ ਐਪਲੀਕੇਸ਼ਨ ਨੂੰ ਉੱਥੇ ਹੀ ਮਨਾ ਕਰ ਦਿੰਦੇ ਆ COE ਨੂੰ ਨਾ ਕਰ ਦਿੰਦੇ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਕਿ ਹਾਂ ਯਾਰ ਇਹਦਾ ਵੀਜ਼ਾ ਹੈਗਾ ਵਾ ਉਹ ਰਿਜੈਕਟ ਹੋ ਸਕਦਾ ਸੋ ਜੇਕਰ ਉਹਨਾਂ ਨੂੰ 1% ਵੀ ਲੱਗਦਾ ਵੀਜ਼ਾ ਰਿਜੈਕਟ ਹੋ ਸਕਦਾ ਉਸ ਪੁਆਇੰਟ ਦੇ ਉੱਤੇ ਵੀ ਐਪਲੀਕੇਸ਼ਨ ਨੂੰ ਮਨਾ ਕਰ ਸਕਦੇ ਹੈ ਤੁਹਾਨੂੰ ਇੱਥੇ ਨਹੀਂ ਲੱਗਦਾ ਕਿ ਇੱਕ ਤਕਰਾਰਬਾਜ਼ੀ ਪੰਜਾਬ ਦੇ ਵਿੱਚ ਏਜੰਟਸ ਔਰ ਬੱਚੇ ਦੀ ਤਾਂ ਹੁੰਦੀ ਹੈ ਕਿ ਬੱਚਾ ਏਜੰਟਸ ਦੇ ਕਹਿੰਦੇ ਫੀਸ ਭਰ ਦਿੰਦਾ ਫੀਸ $500-$700 ਕੱਟਣਾ ਜਾਂ $200 ਕੱਟਣਾ ਜੋ ਵੀ ਹੈਗਾ ਜਾਂ ਡਾਲਰ ਘਟਣਾ ਵਧਣਾ ਇੱਕ ਬਹੁਤ ਵੱਡਾ ਝਗੜੇ ਦਾ ਕਾਰਨ ਬਣਦਾ ਜਾ ਰਿਹਾ ਕਿ ਇਹਦਾ ਕੋਈ ਹੱਲ ਨਹੀਂ ਹੋ ਸਕਦਾ ਕਿ ਯੂਨੀਵਰਸਿਟੀਆਂ ਫੀਸ ਉਦੋਂ ਭਰਾਉਣ ਜਦੋਂ ਤੱਕ ਪੂਰੀ ਦੀ ਪੂਰੀ ਪ੍ਰੋਫਾਈਲ ਉਹਨਾਂ ਨੂੰ ਐਕਸੈਪਟ ਹੋ ਜਾਏ ਕਿ ਹਾਂ ਅਸੀਂ COE ਦੇਣੀ ਹੈ ਇਹ ਰਣਵੀਰ ਬਿਲਕੁਲ ਠੀਕ ਗੱਲ ਕੀਤੀ ਹੈ ਅੱਜ ਦੀ ਡੇਟ 'ਚ ਇੱਦਾਂ ਹੀ ਹੋ ਰਿਹਾ ਮਤਲਬ ਜਿਹੜੇ ਸਾਡੇ ਕੋਲੋਂ ਅਸੀਂ ਕੇਸਿਸ ਪ੍ਰੋਸੈਸ ਕਰ ਰਹੇ ਹਾਂ ਜਦੋਂ ਆਫਰ ਲੈਟਰ ਆ ਜਾਂਦੀ ਹੈ ਆਫਰ ਲੈਟਰ ਤੋਂ ਪਹਿਲੇ ਨਾਲ ਫੀਸ ਤੇ ਬੱਚੇ ਦੀ ਸਾਰੀ ਫਾਈਲ ਫੰਡਸ ਵਗੈਰਾ ਉਹ ਇਕੱਠੇ ਜਾਂਦੇ ਜੇਕਰ ਉਹਨੇ ਰਿਜੈਕਟ ਕਰਨਾ ਵਾ ਉਹਦੀ ਫਾਈਨੈਂਸ਼ੀਅਲ ਅਪਰੂਵਲ ਆਉਂਦੀ ਆਏਗੀ ਫਿਰ ਹੀ ਅੱਗੇ ਉਹਦੇ ਉਹਨਾਂ ਦੇ ਅਕਾਊਂਟ 'ਚ ਫੀਸ ਆਏਗੀ ਕਿਉਂਕਿ ਬਿਲਕੁਲ ਰਾਈਟਲੀ ਹੈ ਕਿ ਜਦੋਂ ਤੁਸੀਂ ਇੱਕ ਵਾਰ ਫੀਸ ਟ੍ਰਾਂਸਫਰ ਕਰਦੇ ਹੋ ਐਂਡ ਫੀਸ ਜਦੋਂ ਵਾਪਸ ਲੈਣੀ ਹੁੰਦੀ ਹੈ ਯੂਨੀਵਰਸਿਟੀ ਕੋਈ ਵੀ ਪੈਸਾ ਨਹੀਂ ਕੱਟਦੀ ਬਟ ਫਿਰ ਵੀ ਜਿਹੜਾ ਡਾਲਰ ਫਲਕਚੁਏਸ਼ਨ ਹੋ ਜਾਂਦੀ ਹੈ ਉਹਦੇ ਕਰਕੇ ਬੱਚੇ ਦਾ 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਂਦਾ ਜਿਸ ਕਰਕੇ ਇਹ ਚੀਜ਼ ਦਾ ਬਹੁਤ ਖਿਆਲ ਰੱਖਿਆ ਜਾਂਦਾ ਐਂਡ ਐਕਚੁਅਲ ਦੇ ਵਿੱਚ ਇਹੀ ਪ੍ਰੋਸੈਸ ਫੋਲੋ ਕਰਨਾ ਚਾਹੀਦਾ ਹੈਗਾ ਵਾ ਆਫਰ ਲੈਟਰ ਆਈ ਫਾਈਨੈਂਸ਼ੀਅਲ ਅਪਰੂਵਲ ਹੀ ਭੇਜ ਦਿਓ ਜਦੋਂ ਫਾਈਨੈਂਸ਼ੀਅਲ ਅਪਰੂਵਲ ਆ ਗਈ ਫਿਰ ਫੀਸ ਟ੍ਰਾਂਸਫਰ ਕਰੋ ਤਾਂ ਜੋ ਜਿਹੜਾ ਪੈਸੇ ਦਾ ਨੁਕਸਾਨ ਵਾਲੀ ਚੀਜ਼ ਹੈਗੀ ਆ ਉਹ ਬਿਲਕੁਲ ਬੰਦ ਹੋ ਜਾਏ ਆਫਰ ਲੈਟਰ ਦੀ ਗੱਲ ਜੇਕਰ ਮੈਂ ਕਰਾਂ ਕਿ ਵੀ ਉਹਦੇ ਕਾਫੀ ਤੇ ਰਣਵੀਰ ਜੇਕਰ ਮੈਨੂੰ ਰਿਫਿਊਜ਼ਲ ਦੇ ਨਾਲ ਕਨੈਕਟ ਕਰ ਲੈਣਾ ਐਕਚੁਅਲ ਦੇ ਵਿੱਚ ਪੰਜਾਬ ਦੀ ਪੇਨ ਹੈ ਜਿਹੜਾ ਮੈਂ ਕਿਹਾ ਕਿ ਵੀ ਇਹਦੇ ਵਿੱਚ ਅਵੇਅਰਨੈਸ ਜਿਹਦੀ ਚਾਹੀਦੀ ਹੈ ਇਸ ਮੰਚ ਦੇ ਰਾਹੀਂ ਜਿਹੜਾ ਮੈਸੇਜ ਦੇਣਾ ਚਾਹੁੰਦਾ ਕਿ ਦੈਟ ਪੇਸ਼ੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਤੁਹਾਡੇ ਵਿੱਚ ਕਿ ਵੀ ਜਦੋਂ ਤੁਸੀਂ ਆਪਣਾ ਬਾਹਰ ਦਾ ਅਪਲਾਈ ਕਰ ਰਹੇ ਹੋ ਤੇ ਉਹਦੇ ਵਿੱਚ ਕੋਈ ਵੀ ਕਾਲ ਨਹੀਂ ਹੋਣੀ ਚਾਹੀਦੀ ਕਿ ਜੀ ਮੈਨੂੰ ਹੁਣੇ ਆਫਰ ਲੈਟਰ ਚਾਹੀਦੀ ਮੈਨੂੰ ਦੋਵਾਂ ਦਿਨਾਂ 'ਚ ਆਫਰ ਲੈਟਰ ਚਾਹੀਦੀ ਮੈਨੂੰ ਚਾਰਾਂ ਦਿਨਾਂ 'ਚ ਚਾਹੀਦੀ ਹੈ ਕਿਉਂਕਿ ਇੱਕ ਆਫਰ ਲੈਟਰ ਹੀ ਤੁਹਾਡਾ ਇੱਕ ਬੇਸ ਹੋਣਾ ਵਾ ਕਿ ਵੀ ਜਿਹਦੇ ਬੇਸ ਦੇ ਉੱਤੇ ਤੁਸੀਂ ਅੱਗੇ ਜਾ ਕੇ ਆਪਣੇ ਜੋ ਵੀ ਕਰੀਅਰ ਜੋ ਵੀ ਸੁਪਨੇ ਜੋ ਵੀ ਸੈਟਲਮੈਂਟ ਦੀਆਂ ਉਹ ਜਿਹੜੇ
ਕਿ ਜੀ ਬੱਚੇ ਨੇ ਕਿਸੇ ਜੀ ਉਹ ਛੋਟੇ ਜਿਹੇ ਏਜੰਟ ਕੋਲੋਂ ਅਪਲਾਈ ਕੀਤਾ 572 ਦੇ ਵਿੱਚ ਡਿਪਲੋਮੇ ਦੇ ਵਿੱਚ ਅਪਲਾਈ ਕੀਤਾ ਐਂਡ ਉਹ ਬੱਚੇ ਨੇ ਇੱਥੇ ਮੈਂ ਇੱਕ ਪ੍ਰੋਫਾਈਲ ਡਿਸਕਸ ਕਰਾਂਗਾ 10ਵੀਂ ਕੀਤੀ ਹੋਈ ਹੈ 3 ਸਾਲ ਦਾ ਇੰਜੀਨੀਅਰਿੰਗ ਦਾ ITI ਦਾ ਡਿਪਲੋਮਾ ਹੈ 5.5 ਬੈਂਡ ਹੈ ਉਹਦੇ ਬਾਅਦ ਚੋਂ ਦੁਬਾਰਾ ਉਹਨੂੰ ਡਿਪਲੋਮਾ ਵਾਸਤੇ ਭੇਜਿਆ ਜਾ ਰਿਹਾ ਵਾ ਕਾਰੇ ਡਿਪਲੋਮੇ ਵਾਸਤੇ ਭੇਜਿਆ ਜਾ ਰਿਹਾ ਡਿਪਲੋਮਾ ਇਨ ਬਿਜ਼ਨਸ ਦੋ ਵੱਖਰੀਆਂ ਵੱਖਰੀਆਂ ਪ੍ਰੋਫਾਈਲ ਪਹਿਲੀ ਡਿਸਕਸ ਡਿਪਲੋਮਾ ਇਨ ਬਿਜ਼ਨਸ ਐਂਡ SOP ਦੇ ਵਿੱਚ ਕੀ ਲਿਖਿਆ ਵਾ ਕਿ ਜੀ ਮੈਂ ਇੱਥੇ ITI ਦਾ ਡਿਪਲੋਮਾ ਕੀਤਾ ਹੁਣ ਮੈਨੂੰ ਜਿਹੜਾ ਹੈਗਾ ਵਾ ਮੈਂ ਡਿਪਲੋਮਾ ਇਨ ਬਿਜ਼ਨਸ ਕਰਨਾ ਚਾਹੁੰਦਾ ਫਿਰ ਇਹਦੇ ਬਾਅਦ 'ਚੋਂ ਮੈਂ ਐਡਵਾਂਸ ਡਿਪਲੋਮਾ ਕਰਾਂਗਾ ਕਰਕੇ ਮੈਂ ਆਪਣੀ ਹੋਮ ਕੰਟਰੀ ਵਾਪਸ ਆਵਾਂਗਾ ਅਤੇ LG ਵੀਡੀਓਕੋਨ ਅਤੇ ਹੋਰ 4-5 ਕੰਪਨੀਆਂ ਦੇ ਨਾਂ ਲਿਖੇ ਸੀ ਇੱਥੇ ਆ ਕੇ ਮੈਂ ਨੌਕਰੀ ਲੱਭਾਂਗਾ ਅਤੇ ਮੈਨੂੰ ਬੜੇ ਆਰਾਮ ਨਾਲ ਨੌਕਰੀ ਮਿਲ ਜਾਏਗੀ ਅਤੇ ਐਪਲੀਕੇਸ਼ਨ ਰਿਜੈਕਟ 5.5 ਬੈਂਡ ਐਂਡ 3 ਸਾਲ ਦਾ ITI ਆ ਪਿਛਲੇ ਸਾਲ ਦੇ ਵਿੱਚ ਸਟੂਡੈਂਟ ਨੇ ਕੰਪਲੀਟ ਕੀਤਾ ਮੈਂ ਇੱਕ ਛੋਟੀ ਜਿਹੀ ਕੁਐਸਚਨ ਪੁੱਛਿਆ ਮੈਂ ਕਿਹਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਦੋਂ ਤੂੰ ਇਹ ਵੀਜ਼ਾ ਅਪਲਾਈ ਕਰ ਰਿਹਾ ਸੀ ਜਾਂ ਜਦੋਂ ਤੇਰੇ ਕੋਲ ਆਫਰ ਲੈਟਰ ਆਈ ਕੀ ਤੈਨੂੰ ਅੰਦਰੋਂ ਲੱਗਦਾ ਸੀ ਤੇਰਾ ਵੀਜ਼ਾ ਲੱਗ ਜਾਏਗਾ ਕਹਿੰਦਾ ਮੈਨੂੰ ਤਾਂ ਇੱਕੋ ਚੀਜ਼ ਸੀ ਕਿ ਮੈਂ ਡਿਪਲੋਮਾ ਇੱਥੇ ਕੀਤਾ ਦੁਬਾਰਾ ਡਿਪਲੋਮੇ ਲਈ ਚੱਲਿਆ ਅਤੇ ਮੈਨੂੰ ਆਪਣਾ ਏਜੰਟ ਨੇ ਇਹੀ ਚੀਜ਼ ਕਹਿੰਦੀ ਤੂੰ ਟੈਨਸ਼ਨ ਨਾ ਲਾ ਜਿਹੜਾ ਹੈਗਾ ਵਾ ਬੜੇ ਵੀਜ਼ੇ ਆਉਂਦੇ ਪਏ ਅੱਜ ਕੱਲ੍ਹ ਅਤੇ ਦੂਸਰੀ ਚੀਜ਼ ਇਹ ਕਿ ਜਿਹੜੀ ਉਹ ਮੈਡਮ ਬੈਠੀ ਸੀ ਉਹਨੂੰ ਆਪ ਨੂੰ ਹੀ ਮੈਨੂੰ ਅੱਜ ਪਤਾ ਲੱਗਦਾ ਕਿ ਸਮਝ ਨਹੀਂ ਗਈ ਕਿ ਜਿਹੜੀ ਮੈਂ SOP ਦੀ ਗੱਲ ਕਰਨਾ ਹੁਣ ਉਹਦੇ ਵਿੱਚ ਕੋਈ ਚੀਜ਼ ਨਹੀਂ ਕੀਤੀ ਗਈ ਕੋਈ ਉਹਦੇ 'ਤੇ ਜ਼ੋਰ ਨਹੀਂ ਲਾਇਆ ਮੈਂ ਸਟੂਡੈਂਟ ਨੂੰ ਇਹ ਚੀਜ਼ ਪੁੱਛੀ ਮੈਂ ਕਿਹਾ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਇਹ ਤੇਰਾ ਵੀਜ਼ਾ ਕਿੱਦਾਂ ਲੱਗ ਸਕਦਾ ਸੀ ਕਹਿੰਦਾ ਜੀ ਜੇਕਰ ਮੈਂ ਬੈਚਲਰ ਡਿਗਰੀ ਲੈਂਦਾ ਔਰ ਆਪਣੀ ਜਿਹੜੀ ਫੀਲਡ ਹੈ ਇਹਦੇ ਅਕੋਰਡਿੰਗ ਹੀ ਲੈਂਦਾ ਜੇ ਮੈਨੂੰ ਬਿਜ਼ਨਸ ਲੈਣਾ ਹੁੰਦਾ ਤਾਂ ਮੈਂ ਆਪਣੇ ਪੇਰੈਂਟਸ ਦਾ ਕੀ ਬੈਕਗ੍ਰਾਉਂਡ ਹੈਗਾ ਉਹ ਸਾਰੀ ਚੀਜ਼ ਦੱਸਦਾ ਮੈਂ ਆਪਣੀ ਜ਼ਿੰਦਗੀ 'ਚ ਵਪਾਰ ਕਰਨਾ ਚਾਹੁੰਦਾ ਕਿ ਨਹੀਂ ਕਰਨਾ ਚਾਹੁੰਦਾ ਜੇਕਰ ਮੈਂ 3 ਚੀਜ਼ਾਂ ਕਨੈਕਟ ਕਰਦਾ ਤਾਂ ਮੇਰਾ ਵੀਜ਼ਾ ਲੱਗ ਜਾਣਾ ਸੀ ਅਤੇ ਮੈਂ ਕਿਹਾ ਇਹ ਚੀਜ਼ ਪਹਿਲੇ ਕਿਉਂ ਨਹੀਂ ਸੀ ਪਤਾ ਅੱਗੋਂ ਆਪਣੇ ਵਾਸ ਕੇ ਗਿਆ ਕਹਿੰਦਾ ਜੀ ਤੁਹਾਡਾ ਸ਼ੋਅ ਨਹੀਂ ਸੀ ਦੇਖਿਆ ਨਾ ਇਸ ਕਰਕੇ ਇਹ ਚੀਜ਼ ਪਹਿਲੇ ਨਹੀਂ ਸੀ ਪਤਾ ਸੋ ਮੈਂ ਹੁਣ ਇਹੀ ਚੀਜ਼ ਕਹਿਣੀ ਚਾਹ ਰਿਹਾ ਕਿ ਵੀ 572 ਜਿਹੜੀ ਮੈਕਸੀਮਮ ਰਿਫਿਊਜ਼ਲ ਦੇਖੀ ਗਈ ਹੈ ਉਹ ਗਿਆ 572 ਦੇ ਵਿੱਚ 572 ਦੇ ਵਿੱਚ ਤੁਸੀਂ ਆਲਰੇਡੀ ਜੇ ਇੱਥੇ ਡਿਪਲੋਮਾ ਕੀਤਾ ਦੁਬਾਰਾ ਡਿਪਲੋਮੇ ਲਈ ਜਾ ਰਹੇ ਹੋ ਕੋਈ ਉਸ ਚੀਜ਼ ਦਾ ਫਾਇਦਾ ਨਹੀਂ ਮੈਂ ਚੀਖਾਂ ਮਾਰੀਆਂ ਕਿ ਵੀ ਸਸਤਾ ਵਧੀਆ ਟਿਕਾਊ ਕਦੀ ਵੀ ਚੀਜ਼ ਨਹੀਂ ਮਿਲਦੀ ਹੈ ਤੁਹਾਨੂੰ ਕਿਤੇ ਨਾ ਕਿਤੇ ਸੈਕਰੀਫਾਈਸ ਕਰਨਾ ਪੈਣਾ ਹੈਗਾ ਵੈ ਇਸ ਕਰਕੇ ਆਪਣੇ ਕਰੀਅਰ ਆਪਣੀ ਜ਼ਿੰਦਗੀ ਨਾਲ ਸੈਕਰੀਫਾਈਸ ਨਾ ਕਰੋ ਜੇਕਰ ਬਾਹਰ ਜਾਣ ਦੀ ਅਸੀਂ ਗੱਲ ਕਰਦੇ ਹਾਂ ਤਾਂ ਬਾਹਰ ਜਾ ਕੇ ਅਸੀਂ ਆਪਣਾ ਕਰੀਅਰ ਬਣਾਉਣ ਦੀ ਗੱਲ ਕਰ ਰਹੇ ਹਾਂ ਆਪਣਾ ਜਿਹੜਾ ਵਾ ਭਵਿੱਖ ਬਣਾਉਣ ਦੀ ਗੱਲ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਮੈਂ ਬਾਹਰ ਜਾ ਕਰਕੇ ਸੈਟਲ ਹੋਵਾਂਗਾ ਪੜ੍ਹਾਈ ਕਰਾਂਗਾ ਸੈਟਲ ਹੋਵਾਂਗਾ ਮੈਂ ਆਪਣੇ ਘਰਦਿਆਂ ਦੀ ਜ਼ਿੰਦਗੀ ਇੱਥੇ ਸਵਾਰੂੰਗਾ ਮੈਂ ਘਰ ਦੀ ਗਰੀਬੀ ਕੱਟੂੰਗਾ ਉਹ ਸਾਰੀਆਂ ਚੀਜ਼ਾਂ ਦੇ ਬੇਸ ਦੇ ਉੱਤੇ ਮੈਂ ਆਪਣਾ ਬਾਹਰ ਜਾਣ ਦਾ ਸੁਪਨਾ ਸਜਾਉਂਦਾ ਮੈਂ ਸਟੈਪ ਲੈਂਦਾ ਕਿ ਆਪਣੇ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਦੋਸਤ ਆਪਣਾ ਸਾਰਾ ਸਰਕਲ ਜਿੱਥੇ ਮੈਂ 17-18 ਸਾਲ ਰਿਹਾ ਉਹਨੂੰ ਤਿਆਗ ਕੇ ਸੈਕਰੀਫਾਈਸ ਕਰਕੇ ਮੈਂ ਇੱਕ ਨਵੇਂ ਸਿਰਿਓਂ ਸਕਰੈਚ ਤੋਂ ਜ਼ਿੰਦਗੀ ਸ਼ੁਰੂ ਕਰਨੀ ਹੈ ਜਿੱਥੇ ਮੈਨੂੰ ਹਾਰਡਲੀ 4-5-10 ਜਣੇ ਲੋਕ ਜਾਣਦੇ ਹੋਣੇ ਉਹ ਵੀ ਬਹੁਤ ਸਾਲ ਹੋ ਗਏ ਉਹਨਾਂ ਨੂੰ ਮਿਲੇ ਸੋ ਜੇਕਰ ਇੰਨਾ ਵੱਡਾ ਸਟੈਪ ਲੈ ਰਹੇ ਹੋ ਤਾਂ ਕੋਈ ਮਜ਼ਾਕ ਨਹੀਂ ਹੈ ਦੈਨ ਆ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਸੈਕਰੀਫਾਈਸ ਕਰਨਾ ਬੇਵਕੂਫੀ ਹੈ ਕਿ ਯਾਰ ਮੈਂ ਜਿਹੜਾ ਵੈ ਕਿਸੇ ਆਪਣਾ ਉਹ ਕਿਸੇ ਵੀ ਬੰਦੇ ਕੋਲੋਂ ਅਪਲਾਈ ਕਰਦਾ ਕਿ ਵੀ ਜਿਹਨੂੰ ਆਪ ਨੂੰ ਕਿਸੇ ਵੀ ਚੀਜ਼ ਦਾ ਨਹੀਂ ਪਤਾ ਐਂਡ ਐਕਚੁਅਲ ਸਟੂਡੈਂਟ ਦੀ ਪੇਨ ਹੀ ਨਹੀਂ ਪਤਾ ਗੀ 572 ਡਿਪਲੋਮੇ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ ਮੈਂ ਨਹੀਂ ਕਹਿੰਦਾ ਵੀਜ਼ੇ ਨਹੀਂ ਆਉਂਦੇ ਵੀਜ਼ੇ ਬਿਲਕੁਲ ਆ ਰਹੇ ਹੈ ਬਟ ਵੀਜ਼ਿਆਂ ਦੇ ਨਾਲ ਨਾਲ ਰਿਫਿਊਜ਼ਲ ਦੀ ਜਿਹੜੀ ਰੇਸ਼ੋ ਹਰ ਕਹਾਣੀ ਹਰ ਪ੍ਰੋਫਾਈਲ ਦੀ ਵੱਖਰੀ ਕਹਾਣੀ ਹੈ ਹਾਂ 10 ਕੇਸਾਂ ਪਿੱਛੇ 2 ਵੀਜ਼ੇ ਲੱਗਦੇ ਹੋ ਸਕਦਾ ਚੰਗੇ ਪ੍ਰੋਫਾਈਲ ਦਾ ਆਵੇ ਬਿਲਕੁਲ ਆਵੇ 8 ਰਿਜੈਕਟ ਹੋ ਰਹੇ ਆ ਸੋ ਇਸ ਕਰਕੇ ਜੇਕਰ ਤੁਸੀਂ ਡਿਗਰੀ ਲਈ ਅਪਲਾਈ ਕਰਦੇ ਹੋ ਤਾਂ ਤੁਹਾਡਾ ਇਹ ਰੇਸ਼ੋ ਉਲਟ ਹੈ ਕਿ 8 ਵੀਜ਼ੇ ਆਉਂਦੇ ਆ 2 ਰਿਜੈਕਟ ਹੁੰਦੇ ਆ ਠੀਕ ਹੈ ਦੂਸਰੀ ਪ੍ਰੋਫਾਈਲ ਦੇਖੀ ਕਿ ਜੀ ਸਪਾਊਸ ਵੀਜ਼ਾ ਬੰਦੇ ਦਾ 2012 ਦੇ ਵਿੱਚ 12ਵੀਂ ਕੀਤੀ ਮੈਰਿਜ ਹੋਈ ਮੈਰਿਜ ਤੋਂ ਬਾਅਦ ਉਹਨੇ 3 ਵਾਰ ਆਇਲਸ ਕੀਤੀ ਐਂਡ ਉਹਦੇ ਬਾਅਦ ਚੋਂ ਅਪਲਾਈ ਕੀਤਾ ਉਹਦਾ 2572 ਦੇ ਵਿੱਚ ਵੀਜ਼ਾ ਅਪਲਾਈ ਕੀਤਾ ਗਿਆ ਇਹ ਚੀਜ਼ ਕਹਿ ਕੇ ਕਿ ਜੀ ਗੈਪ ਤਾਂ ਤੇਰਾ ਹੈਗਾ ਹੀ ਨਹੀਂ ਮੈਂ ਕਿਹਾ ਜੀ ਕਿਉਂ ਗੈਪ ਨਹੀਂ ਗਾ ਮੈਂ ਕਿਹਾ ਓਕੇ ਤੁਸੀਂ ਮੈਨੂੰ ਕੋਈ ਡਾਕੂਮੈਂਟਡ ਪ੍ਰੂਫ ਦਿਓ ਨਾ ਕੀ ਕਰਦੇ ਪਏ ਸੀ ਕਹਿੰਦੇ ਸੀ ਆਇਲਸ ਕਰਦੇ ਪਏ ਸੀ ਮੈਂ ਕਿਹਾ ਜੀ ਆਇਲਸ ਦੇ ਵਿੱਚ ਬੈਂਡ ਕਿੰਨੇ ਆ ਜੀ ਆਇਲਸ ਵੇਖੋ ਜੀ 6 ਬੈਂਡ ਹੈ ਮੈਂ ਕਿਹਾ ਪਹਿਲੀ ਵਾਰ ਕਿੰਨੇ ਸੀ 5 ਸੀ ਦੂਜੀ ਵਾਰ 5.5 ਸੀ ਤੀਜੀ ਵਾਰ 6 ਸੀ ਐਂਡ ਉਸ ਏਜੰਟ ਨੇ 3 ਆਇਲਸ ਦੇ ਸਰਟੀਫਿਕੇਟ ਉਹਦੇ ਵਿੱਚ ਲਗਾਏ ਹੋਏ SOP ਦੇ ਵਿੱਚ ਲਿਖਿਆ ਹੋਇਆ 157A ਫਾਰਮ ਦੇ ਵਿੱਚ ਲਿਖਿਆ ਹੈ ਕਿ ਜੀ ਮੈਂ 12ਵੀਂ ਇੱਥੇ ਕੀਤੀ 12ਵੀਂ ਤੋਂ ਬਾਅਦ ਜੀ ਮੈਨੂੰ ਬਾਹਰ ਜਾਣ ਦਾ ਸ਼ੌਂਕ ਸੀ ਮੈਂ 2.5 ਸਾਲ ਆਇਲਸ ਹੀ ਕਰਦਾ ਰਿਹਾ ਉਹਨਾਂ ਦੇ ਹੁਣ ਪੁਆਇੰਟ ਆਫ ਵਿਊ ਦੇ ਨਾਲ ਦੇਖ ਲਓ ਕਿ ਮਤਲਬ 2.5 ਸਾਲ ਇਹ ਬੰਦਾ ਐਲੀ ਕੋਰਸ ਕਰਦਾ ਵਾ ਇੱਕ ਸਾਲ ਦਾ ਇੰਗਲਿਸ਼ ਨਹੀਂ ਇਹਦੇ ਕੋਲ 2.5 ਸਾਲਾਂ 2.5 ਸਾਲ ਲੱਗ ਗਏ 6 ਮਹੀਨੇ ਦੇ ਧਿਆਨ ਦੇ ਵਿੱਚ ਕਮਜ਼ੋਰੀ ਦੱਸ ਰਹੇ ਹੋ ਤੁਸੀਂ ਕਿ ਵੀ ਕਿੱਥੇ ਜਾ ਕੇ ਗੱਲ ਮੁਕੜੀ ਦੈਨ ਉਸ ਬੰਦੇ ਦੀ ਐਪਲੀਕੇਸ਼ਨ ਉਹ ਪੂਰੇ ਕਪਲ ਦੀ ਐਪਲੀਕੇਸ਼ਨ ਰਿਜੈਕਟ ਹੋਈ ਉਹਨਾਂ ਦੀ ਐਪਲੀਕੇਸ਼ਨ ਦੇਖੀ ਮੈਂ ਕਿਹਾ ਇਹਦੇ ਵਿੱਚ ਯਾਰ ਇੱਕ ਛੋਟੀ ਜਿਹੀ ਚੀਜ਼ ਹੈ ਹਸਬੈਂਡ ਵਿਆਹ ਕਦੋਂ ਹੈ ਵਿਆਹ 2013 'ਚ ਹੋ ਗਿਆ ਸੀ
ਜੇ 2012 ਦੇ ਵਿੱਚ ਤੁਸੀਂ ਆਪਣੀ 12ਵੀਂ ਕੀਤੀ ਹੈ, 13 ਦੇ ਵਿੱਚ ਤੁਹਾਡਾ ਵਿਆਹ ਹੋ ਗਿਆ, ਉਹਦੇ ਬਾਅਦ 'ਚੋਂ ਤੁਸੀਂ ਉਹਨੂੰ ਜੇ ਪ੍ਰਜੈਂਟ ਹੀ ਕਰ ਦਿਉ, ਮੈਂ ਆਪਣੇ ਜੀ ਜੋ ਵੀ ਤੁਸੀਂ ਕਰ ਰਹੇ ਸੀ ਉਹਨੂੰ ਜੇਕਰ ਸੋਹਣੇ ਤਰੀਕੇ ਪ੍ਰਜੈਂਟ ਕਰ ਦਿਉ, ਡਾਕੂਮੈਂਟਡ ਪਰੂਫ ਤੁਹਾਡੇ ਕੋਲ ਗਿਆ, ਤਾਂ ਵੀਜ਼ਾ ਲੈਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ। ਬਟ ਮਿਸ ਰਿਪ੍ਰਜੈਂਟੇਸ਼ਨਸ ਕਰਕੇ ਜਿਹੜੇ ਐਪਲੀਕੇਸ਼ਨਸ ਦੇ ਵੀਜ਼ਾਸ ਰਿਜੈਕਟ ਹੋ ਰਿਹਾ, ਜਿਸ ਕਰਕੇ ਮੈਂ ਆਹ ਵਾਲੀ ਚੀਜ਼ ਦੇ ਵਿੱਚ ਮੈਂ ਕਿਹਾ ਸੀ ਚੰਗੀ ਗੱਲ ਵੀ ਹੈ ਅਤੇ ਮਾੜੀ ਗੱਲ ਵੀ ਹੈ। ਹੁਣ ਆਪਣਾ ਕੇਸ ਜਿਹੜਾ ਵਾ ਉਹ ਤੁਹਾਡੀ ਆਪਣੀ ਜ਼ਿੰਦਗੀ ਹੈ, ਮਤਲਬ ਉਹ ਐਵੇਂ ਅਲੜ ਹੱਥਾਂ ਦੇ ਵਿੱਚ ਦੇ ਕਰਕੇ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕਰੋ। ਮੇਰਾ ਤਾਂ ਇਹੀ ਮੈਸੇਜ ਹੈ। ਬੱਚਿਆਂ ਦੀ ਸਮੱਸਿਆ ਜਿਹੜੀ ਹੈ, ਮੈਂ ਇਸ ਚੀਜ਼ ਨਾਲ ਬਹੁਤ ਸਹਿਮਤ ਹਾਂ ਬੱਚਿਆਂ ਦੇ ਨਾਲ। ਔਫਰ ਵੀ ਆ ਗਈ, ਫੀਸ ਭਰਤੀ, ਚੰਗੀ ਕਿਸਮਤ ਨੂੰ ਸੀ ਹੋਈ ਆ ਗਈ, ਕਿਸੇ ਕਾਰਨ ਅੰਬੈਸੀ ਨੇ ਡੈਫਰਡ ਮੰਗ ਲਿਆ। ਬਹੁਤ ਸਾਰੀਆਂ ਯੂਨੀਵਰਸਿਟੀਆਂ ਕਾਲਜਸ ਮਨਾ ਕਰ ਰਹੇ ਨੇ ਕਿ ਜੀ ਹੁਣ ਸਾਡੀ ਰਿਕੁਆਇਰਮੈਂਟ ਵੱਧ ਗਈ ਹੈ, ਅਸੀਂ ਹੁਣ ਨਹੀਂ ਦੇ ਸਕਦੇ ਡੈਫਰਡ। ਇੱਥੇ ਆ ਕੇ ਫਸਦਾ ਬੱਚਾ ਗਿਆ, ਉਹਦੀ ਪ੍ਰੋਫਾਈਲ ਖਰਾਬ ਹੋ ਗਈ, ਉਹਦੀ ਜ਼ਿੰਦਗੀ ਖਰਾਬ ਹੋ ਗਈ। ਪ੍ਰੋਫਾਈਲ ਖਰਾਬ ਹੋ ਗਈ, ਬਟ ਉਹਦੇ ਵਿੱਚ ਏਜੰਟ ਦਾ ਕੀ ਰੋਲ ਹੈ, ਉਹਦੇ ਵਿੱਚ ਗੱਲ ਆਈ, ਉਹ ਕੀ ਕਰ ਰਿਹਾ? ਨਹੀਂ, ਬਟ ਚਾਹੇ ਕਿਸੇ ਦਾ ਰੋਲ ਨਹੀਂ, ਫਸ ਗਿਆ ਬੱਚਾ। ਨਹੀਂ, ਉਸੇ ਪੁਆਇੰਟ 'ਤੇ ਆ ਰਿਹਾ ਕਿ ਵੀ ਉੱਥੇ ਕਿਹੜਾ ਰੋਲ ਹੈ। ਪ੍ਰੋਬਲਮ ਇਹ ਆ, ਕੋਈ ਵੀ ਬੰਦਾ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂਗਾ, ਕੋਈ ਵੀ ਬੰਦਾ ਇਹ ਕਹਿਣ ਨੂੰ ਤਿਆਰ ਨਹੀਂ ਕਿ ਹਾਂ ਮੈਂ ਤੇਰਾ ਕੇਸ ਲਿੱਤਾ ਜੀ, ਇਹ ਮੇਰੀ ਜ਼ਿੰਮੇਵਾਰੀ ਹੈ ਕਿ ਇਹਨੂੰ ਮੈਂ ਕਿਸ ਤਰੀਕੇ ਡਿਸੀਜਨ ਤੱਕ ਲੈ ਕੇ ਜਾਵਾਂ, ਵੀਜ਼ਾ ਲੱਗਦਾ ਨਹੀਂ ਲੱਗਦਾ, ਇੱਕ ਲਹਿਦਾ ਉਹ ਚੀਜ਼ ਹੈਗੀ ਹੈ। ਜੇਕਰ ਤੁਹਾਡੀ ਪ੍ਰੈਜੈਂਟੇਸ਼ਨ ਵਧੀਆ, ਕੇਸ ਉਹ ਵਧੀਆ ਤਰੀਕੇ ਪ੍ਰੈਜੈਂਟ ਹੋਇਆ, ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆਉਂਦੀ ਹੈ। ਉਸ ਟਾਈਮ ਦੇ ਉੱਤੇ ਜਦੋਂ ਵੀਜ਼ਾ ਅਫਸਰ ਨੇ COE ਮੰਗ ਲਈ ਐਂਡ ਉਹ ਯੂਨੀਵਰਸਿਟੀ ਨੇ ਕਹਿਤਾ COE ਕੈਂਸਲ ਹੋ ਜੀ, ਅਸੀਂ ਦੁਬਾਰਾ ਸਾਡੀ ਰਿਕੁਆਇਰਮੈਂਟ ਚੇਂਜ ਹੋ ਗਈ, ਅਸੀਂ ਤੁਹਾਨੂੰ COE ਨਹੀਂ ਦੇ ਸਕਦੇ। ਉਸ ਟਾਈਮ ਦੇ ਉੱਤੇ ਦੋ ਆਪਸ਼ਨਾਂ ਰਹਿੰਦੀਆਂ। ਪਹਿਲੀ ਆਪਸ਼ਨ ਕਿ ਵੀ ਉਹ ਕਹਿੰਦੇ ਯਾਰ ਮੈਂ ਦੁਬਾਰਾ ਮਿਹਨਤ ਨਹੀਂ ਕਰ ਸਕਦਾ ਕੇਸ 'ਤੇ, ਕੇਸ ਵਾਪਸ ਲੈ ਜਾਓ, ਕੇਸ ਖਰਾਬ, ਦੁਬਾਰਾ ਵਿਦਡਰਾਅ ਕਰਾਊਗਾ, COE ਵਾਪਸ ਆਊਗੀ। ਦੂਸਰਾ ਹੁੰਦਾ ਕਿ ਏਜੰਟ ਇਸ ਚੀਜ਼ ਦਾ ਸਟੈਂਡ ਲਵੇ, ਕੋਈ ਗੱਲ ਨਹੀਂ ਇੱਥੋਂ COE ਕੈਂਸਲ ਹੋਈ ਨਾ, ਵੀਜ਼ਾ ਆਫਿਸਰ ਨੂੰ ਇੱਕ ਮੇਲ, ਵੀਜ਼ਾ ਆਫਿਸਰ ਤੋਂ ਸਭ ਤੋਂ ਪਹਿਲੇ ਪਰਮਿਸ਼ਨ ਕਿ ਜੀ ਮੈਂ ਆਪਣਾ ਇੰਸਟੀਟਿਊਟ ਚੇਂਜ ਕਰਨਾ ਚਾਹੁੰਦਾ ਕਿਉਂਕਿ ਮੇਰੇ ਆਹ ਵਾਲੇ ਇੰਸਟੀਟਿਊਟ ਨੇ ਮੈਨੂੰ COE ਦੇਣ ਤੋਂ ਮਨਾ ਕਰਤਾ। ਪਰਮਿਸ਼ਨ ਮਿਲ ਜਾਂਦੀ ਹੈ, ਉਹਦੇ ਬਾਅਦ 'ਚੋਂ ਤੁਸੀਂ ਕਿਸੇ ਵੀ ਹੋਰ ਪ੍ਰੋਵਾਈਡਰ ਕੋਲ, ਉਹ ਜੇਕਰ ਏਜੰਟ ਦੀ ਇੱਕ ਯੂਨੀਵਰਸਿਟੀ ਨਾਲ ਨਹੀਂ ਸਾਰੀਆਂ ਯੂਨੀਵਰਸਿਟੀਜ਼ ਨਾਲ ਹੈ, ਅਤੇ ਦੂਜੇ ਪ੍ਰੋਵਾਈਡਰ ਕੋਲੋਂ ਸੇਮ ਕੋਰਸ ਦੇ ਵਿੱਚ ਜਿਹੜਾ ਵਾ ਉਹ COE ਲੈ ਸਕਦਾ ਐਂਡ ਉਹੀ COE ਪ੍ਰੋਵਾਈਡ ਕਰ ਸਕਦਾ। ਇਹ ਨਹੀਂ ਮੇਰੀ ਕਿਸੇ ਬੱਚੇ ਦੀ COE ਕੈਂਸਲ ਹੋਈ, ਇਹ ਮੇਰਾ ਤਜਰਬਾ ਹੈ, 2-3 ਬੱਚਿਆਂ ਦੇ ਨਾਲ ਇਹ ਵਾਲੀ ਚੀਜ਼ ਹੋ ਚੁੱਕੀ ਹੈ। ਮੇਰੇ ਕੋਲ ਇੱਕ ਕਰੰਟ ਕੇਸ ਅਜੇ ਵੀ ਚੱਲ ਰਿਹਾ, ਫਾਈਲ ਅੰਬੈਸੀ ਦੇ ਵਿੱਚ COE ਕੈਂਸਲ ਹੋ ਗਈ, ਕੋਈ ਗੱਲ ਨਹੀਂ COE ਕੈਂਸਲ ਹੋ ਗਈ, ਫਾਈਲ ਵੀ ਵਿਦਡਰਾਅ ਕਰਾਉਣ ਦੀ ਲੋੜ ਨਹੀਂ ਕਿਉਂਕਿ 7 ਮਹੀਨੇ ਦਾ ਸਮਾਂ ਹੈਗਾ ਵਾ ਕਿ ਜਦੋਂ ਫਾਈਲ ਜ਼ਰੂਰਤ ਲੈਣ ਦੀ, ਉਹਦੇ ਵਿੱਚ ਕੁਝ ਨਹੀਂ, ਰਿਟਨ ਪਰਮਿਸ਼ਨ ਲੈ ਲਈ। ਹੁਣ ਜਿਹੜਾ ਵਾ ਕਿ ਉੱਥੇ ਪ੍ਰੋਵਾਈਡਰ ਚੇਂਜ ਹੋ ਗਿਆ, ਜਿਹਦੇ ਇੱਕ ਪ੍ਰੋਵਾਈਡਰ ਕੋਲ ਫੀਸ ਪਈ ਹੋਈ ਹੈ ਉਸੇ ਪ੍ਰੋਵਾਈਡਰ ਕੋਲ ਦੂਜੇ ਪ੍ਰੋਵਾਈਡਰ ਕੋਲ ਫੀਸ ਟ੍ਰਾਂਸਫਰ ਹੋ ਗਈ, COE ਆ ਗਈ। ਕਾਰਨ ਵੀ ਦੱਸਣੇ ਪੈਣਗੇ ਕਿ ਕਾਰਨ ਅਸੀਂ ਚੇਂਜ ਕੀਤਾ। ਨਹੀਂ, ਅਸੀਂ ਨਹੀਂ ਚੇਂਜ ਕੀਤਾ ਕਿ ਵੀ ਉੱਥੇ ਯੂਨੀਵਰਸਿਟੀ ਨੇ ਮੈਨੂੰ ਜਿਹੜੀ ਹੈ ਡੈਫਰ ਦੇਣ ਤੋਂ ਮਨਾ ਕਰਤਾ, ਬਿਕੋਜ਼ ਆਫ ਐਨੀ ਐਕਸ ਰੀਜ਼ਨ। ਉਹ ਤੁਸੀਂ ਆਪਣੇ ਆਪ ਪੁੱਛ ਲਓ, ਉਹਨਾਂ ਨੇ ਨਹੀਂ ਕਿਤੇ ਵੀ ਜਾਣਾ। ਉਹਨੂੰ ਜੇਕਰ ਤੁਸੀਂ ਰਿਐਲਿਟੀ ਦੱਸਦੇ ਹੋ, ਤਾਂ ਰਿਐਲਿਟੀ ਦੱਸਣ ਤੋਂ ਬਾਅਦ ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਕਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਪ੍ਰੋਬਲਮ ਇਹ ਹੈ ਕਿ ਵੀ ਸਾਡੀਆਂ ਉਹ ਜਿਹੜਾ ਵਾ ਕਿ ਬਿਲਕੁਲ ਦੁਨੀਆ ਖਤਮ ਹੋ ਜਾਂਦੀ ਹੈ ਜਦੋਂ ਸਾਨੂੰ ਕੋਈ ਇੱਦਾਂ ਦੀ ਨਿਊਜ਼ ਮਿਲਦੀ ਹੈ। ਸੋ ਇਸ ਕਰਕੇ ਮੈਂ ਕਹਿੰਦਾ ਕਿ ਵੀ ਜੇਕਰ ਕੋਈ ਵੀ ਕਿਸੇ ਤਰੀਕੇ ਦੀ ਹੈ, ਉਹਨੂੰ ਐਕਸੈਪਟ ਕਰ ਲਓ ਕਿ ਹਾਂ ਆਹ ਚੀਜ਼ ਹੋਈ ਹੈ, ਹੁਣ ਅੱਗੇ ਕੀ ਕਰਨਾ। ਉਸ ਚੀਜ਼ ਵੱਲ ਸੋਚੀਏ ਕਿ ਮੇਰਾ ਇੱਥੋਂ ਤੱਕ ਤਾਂ ਆਹ ਵਾਲੀ ਚੀਜ਼ ਹੋ ਗਈ, ਕੋਈ ਪ੍ਰੋਬਲਮ ਹੋ ਗਈ, ਵਧੀਆ ਨਹੀਂ ਪ੍ਰਜੈਂਟ ਹੋਇਆ, ਮੇਰੀ COE ਕੈਂਸਲ ਹੋ ਗਈ, ਮੇਰੀ ਆਫਰ ਨੇ, ਇਹ ਤੋਂ ਅੱਗੇ ਕੀ ਕਰਨਾ, ਕਿਸ ਤਰੀਕੇ ਕਰਾਂ ਮੈਂ, ਜੋ ਪੁਰਾਣੀ ਗਲਤੀ ਕੀਤੀ ਔਰ ਤੋਂ ਮੈਂ ਲਰਨਿੰਗ ਕੀ ਲਈ ਹੈ ਜਿਹੜੀ ਮੇਰੀ ਅੱਗੇ ਦੁਬਾਰਾ ਨਾ ਹੋਵੇ। ਦੋ ਸਟੇਜਾਂ 'ਚੋਂ ਬੱਚਾ ਗੁਜ਼ਰਦਾ, ਜਿਹੜੀ ਆਪਾਂ ਪਹਿਲੀ ਗੱਲ ਕਰ ਲਈ ਕਿ ਆਫਰ ਮੁਸ਼ਕਲ ਨਾਲ ਮਿਲਦੀ ਹੈ, ਫੀਸ ਭਰਤੀ, ਫਿਰ COE ਮੁਸ਼ਕਲ ਨਾਲ ਮਿਲਦੀ ਹੈ। ਜੇ COE ਮਿਲ ਗਈ, ਫਾਈਲ ਅੰਦਰ ਲੱਗ ਗਈ ਐਮਬੈਸੀ ਦੇ ਵਿੱਚ, ਬੱਚੇ ਨੂੰ ਕਿੰਨਾ ਟਾਈਮ ਵੇਟ ਕਰਨਾ ਚਾਹੀਦਾ? ਬਹੁਤ ਸਵਾਲ ਆਉਂਦਾ ਬੱਚਿਆਂ ਦਾ ਜੀ ਮੇਰੀ ਫਾਈਲ ਨੂੰ 2 ਮਹੀਨੇ ਹੋ ਗਏ, 3 ਹੋ ਗਏ, 4 ਹੋ ਗਏ, 5 ਹੋ ਗਏ। ਦੂਸਰਾ ਸਵਾਲ ਨਾਲ ਹੀ ਪੁੱਛ ਰਿਹਾ ਕਿ ਕਿਉਂ ਇੰਨੀ ਦੇਰੀ ਹੋ ਰਹੀ ਹੈ? ਅੰਬੈਸੀ ਦੇ ਵਿੱਚ 2 ਦਿਨ ਤੋਂ ਲੈ ਕਰਕੇ ਤਕਰੀਬਨ ਅੱਜ ਦੀ ਡੇਟ ਜਿਹੜਾ ਟਰਨ ਅਰਾਊਂਡ ਟਾਈਮ ਹੈ, ਮਿਨੀਮਮ 2 ਦਿਨ ਹੈ, 2 ਦਿਨਾਂ ਦੇ ਵਿੱਚ ਵੀਜ਼ਾ ਆ ਰਿਹਾ, ਐਂਡ ਮੈਕਸੀਮਮ ਜਿਹੜਾ ਟਰਨ ਅਰਾਊਂਡ ਟਾਈਮ ਹੈ ਤਕਰੀਬਨ 3-4 ਮਹੀਨੇ ਵੀ ਲਗਾ ਰਿਹਾ। ਡਿਪੈਂਡ ਕਰਦਾ ਤੁਹਾਡਾ ਇਨਟੇਕ ਕਿਹੜਾ ਹੈ। 22 ਫਰਵਰੀ ਵਾਲੇ ਇਨਟੇਕ ਦਾ ਲਾਸਟ ਵੀਕ ਐਪਲੀਕੇਸ਼ਨ ਲਗਾਈ ਸੀ, 2 ਦਿਨਾਂ ਦੇ ਵਿੱਚ ਉਹਨਾਂ ਦੇ ਵੀਜ਼ਾਸ ਆ ਗਏ। 1-2 ਫਾਈਲਾਂ ਇੱਦਾਂ ਨਹੀਂ ਵੀ ਜਿਹੜੀਆਂ ਨਵੰਬਰ ਦੀਆਂ ਫਾਈਲਾਂ ਪਈਆਂ ਹੋਈਆਂ 22 ਫਰਵਰੀ ਵਾਸਤੇ, ਜਿਹੜਾ ਸਾਨੂੰ ਪਤਾ ਕਿ 22 ਫਰਵਰੀ ਤੋਂ ਪਹਿਲੇ ਰਿਜ਼ਲਟ ਆ ਜਾਏਗਾ। ਇਹ ਕੀ ਹੈ ਕਿ ਵੀ ਜਦੋਂ ਵੀ ਕੋਈ ਇਨਟੇਕ ਆਉਂਦਾ ਵੈ, ਨੰਬਰ ਆਫ ਐਪਲੀਕੇਸ਼ਨ ਡੇ ਬਾਈ ਡੇ ਵਧਦੀਆਂ ਗਈਆਂ ਵੈ, ਐਪਲੀਕੇਸ਼ਨ ਕਲੀਨ ਹੈ, ਕਿਤੇ ਵੀ ਕਿਸੇ ਵੈਰੀਫਿਕੇਸ਼ਨ ਦੀ ਜ਼ਰੂਰਤ ਨਹੀਂ, COE ਵੱਲ ਓਕੇ ਹੈ, ਸਾਰੀ ਫਾਈਨੈਂਸ਼ੀਅਲ ਅਪਰੂਵਲ ਪਹਿਲੇ ਦੇਖਦੇ ਨੇ ਕਿ ਜਲਦੀ ਇਨਟੇਕ ਨੇੜੇ, ਫਾਈਨੈਂਸ਼ੀਅਲ ਅਪਰੂਵਲ ਪਹਿਲੇ ਲਿੱਤੀ ਹੋਈ ਹੈ, ਕੋਈ ਸਮੱਸਿਆ ਵਾਲੀ ਚੀਜ਼ ਨਹੀਂ ਗੀ। ਉਹ ਵੀਜ਼ਾ ਜਿਹੜੇ ਆ ਉਹ ਟਾਈਮ ਦੇ ਉੱਤੇ ਆਉਂਦੇ। ਵੀਜ਼ਾ ਦੇ ਵਿੱਚ ਮੈਨੂੰ ਅੱਜ ਡੇਟ ਆਸਟ੍ਰੇਲੀਆ ਨੂੰ ਲੈ ਕਰਕੇ ਕੋਈ ਪਰੇਸ਼ਾਨੀ ਨਹੀਂ, ਕਿਸੇ ਵੀ ਕੰਟਰੀ ਨੂੰ ਕੋਈ ਪਰੇਸ਼ਾਨੀ ਨਹੀਂ ਗੀ, ਜੇਕਰ ਤੁਸੀਂ ਫਾਈਲ ਨੂੰ ਚੰਗੇ ਤਰੀਕੇ ਪੇਸ਼ ਕੀਤਾ ਹੋਇਆ ਹੈ। ਅਤੇ ਅੰਮ੍ਰਿਤਸਰ ਦੀ ਇੱਕ ਐਗਜ਼ਾਮਪਲ ਹੈ, ਮੈਂ ਨਾਂ ਨਹੀਂ ਲਊਂਗਾ ਸਟੂਡੈਂਟ ਦਾ ਜਾਂ ਏਜੰਟ ਦਾ। ਅੰਮ੍ਰਿਤਸਰ ਦੀ ਇੱਕ ਐਗਜ਼ਾਮਪਲ ਹੈ ਕਿ ਇਹ
ਸਿਰਫ ਸਿਰਫ ਜੀ ਉਹ ਗਾਈਡਲਾਈਨ ਬੜੀ ਕੈਨੇਡਾ ਚ ਵੀ ਬੜੇ ਵਾਰੀ ਹੁੰਦਾ ਗਾਈਡਲਾਈਨ ਬੜੀ ਕਿ ਜੀ ਸੀਏਈ ਚਾਹੀਦੀ ਪਾਸਪੋਰਟ ਚਾਹੀਦਾ ਐਕਚੁਅਲ ਜੋ ਹੀ ਚਾਹੀਦਾ ਬਟ ਜਿਹੜੇ ਚੀਜ਼ ਹੈਗੀ ਹੈ ਕਿ ਵੀ ਉਹਦੇ ਨਾਲ ਬਾਕੀ ਸਪੋਰਟਿੰਗ ਡਾਕੂਮੈਂਟ ਵੀ ਚਾਹੀਦੇ ਆ ਉਹਨੇ ਵੀਜ਼ਾ ਅਫਸਰ ਨੇ ਐਜੂਕੇਸ਼ਨ ਡਾਕੂਮੈਂਟ ਮੰਗੇ ਦੁਬਾਰਾ ਔਰ ਸਿੱਧਾ ਸਟੂਡੈਂਟ ਕੋ ਮੰਗੇ ਸਟੂਡੈਂਟ ਨੇ ਸਕੈਨ ਕਰਕੇ ਭੇਜਤੇ ਜਿਹਦੇ ਬੇਸ ਤੇ ਸੀਏਈ ਆਈ ਹੋਈ ਸੀ ਔਰ ਜਿਹਦੇ ਬੇਸ ਦੇ ਜਿਹੜੇ ਡਾਕੂਮੈਂਟ ਬੱਚੇ ਨੇ ਭੇਜੇ ਦੋਵੇਂ ਵੱਖਰੋ ਵੱਖਰੇ ਸੀ ਓ ਸ਼ਿਟ ਐਂਡ ਜਿਹੜਾ ਹੈਗਾ ਵਾ ਉਹਦਾ 3 ਸਾਲਾਂ ਦਾ ਬੈਨ ਲੱਗ ਗਿਆ ਚਾਰ ਬੰਦਿਆਂ ਦਾ ਮੈਂ ਇਕੱਠੇ ਬੈਨ ਦੇਖਿਆ ਕਿ 4020 ਲੱਗੀ ਹੈ ਐਂਡ ਉਹਨਾਂ 'ਚੋਂ ਇੱਕ ਬੱਚਾ ਇੱਦਾਂ ਦਾ ਕਿ ਵੀ ਜਿਹਦੀ ਉੱਤੇ ਕੜਮਾਈ ਹੋਈ ਹੈ ਕਿ ਵੀ ਇੰਗੇਜਮੈਂਟ ਹੋਈ ਹੈ ਕਿ ਉਹਨੇ ਜਾਣਾ ਹੀ ਆਸਟ੍ਰੇਲੀਆ ਵੈ ਐਂਡ ਉੱਥੇ ਨਹੀਂ ਤੇ ਉਹਦੇ ਸਾਰਾ ਜਿਹੜੀ ਉਹਦੀ ਚੀਜ਼ਾਂ ਹੈਗੀਆਂ ਵਾ ਪਰਿਵਾਰਾਂ ਦੀਆਂ ਮੈਂਟਲ ਜਿਹੜੀ ਹੈ ਬੜਾ ਕੁਝ ਜੁੜ ਗਿਆ ਤਾਣਾ ਬਾਣਾ ਸਾਰਾ ਬਹੁਤ ਕੁਝ ਚੀਜ਼ਾਂ ਹੋਈਆਂ ਐਂਡ ਉਹ ਚੀਜ਼ਾਂ ਮੈਂ ਕਿਹਾ ਤੈਨੂੰ ਕੀ ਆਖਦਾ ਭਾਜੀ ਮੈਨੂੰ ਤੇ ਜੋ ਜੋ ਏਜੰਟ ਨੇ ਕਿਹਾ ਮੈਂ ਉਹ ਕੀਤਾ ਉਹਦੇ ਬਾਅਦ ਚੋਂ ਜਿਹਦੀ ਮੇਰੀ ਫਾਈਲ ਦੀ ਪ੍ਰੈਜੈਂਟੇਸ਼ਨ ਸੀ ਉਹ ਤੇ ਉਹਨੇ ਹੀ ਕਰਨੀ ਸੀ ਮੈਨੂੰ ਐਮਬੈਸੀ ਨੇ ਫੋਨ ਕੀਤਾ ਉਹਨੇ ਮੇਰੀ ਇੰਟਰਵਿਊ ਲਿੱਤੀ ਉਹਨੇ ਕਿਹਾ ਤੇਰੀ ਪੜ੍ਹਾਈ ਲਿਖਾਈ ਕੀ ਮੈਂ ਕਿਹਾ ਇਹ ਹੈ ਕਹਿੰਦੇ ਤੇਰੀ ਸੀਏਈ ਦੇ ਜਦੋਂ ਲਿੱਤਾ ਸੀ ਉਦੋਂ ਤੂੰ ਕੀ ਕਾਗਜ਼ ਦਿੱਤੇ ਕਹਿੰਦੇ ਤੂੰ ਸਾਨੂੰ ਭੇਜ ਸਕਦਾ ਕਹਿੰਦੇ ਮੈਂ ਭੇਜਤਾ ਕਹਿੰਦਾ ਮੈਂ ਭੇਜਣ ਤੋਂ ਬਾਅਦ ਆਪਣੇ ਏਜੰਟ ਨੂੰ ਕਿਹਾ ਐਂਡ ਏਜੰਟ ਨੇ ਮੇਰਾ ਜਿਹੜਾ ਹੈਗਾ ਵਾ ਕਿ ਅੱਛਾ ਚੱਲ ਤੂੰ ਭੇਜਤਾ ਕੋਈ ਗੱਲ ਨਹੀਂ ਗੀ ਆਪਾਂ ਨੂੰ ਕੋਈ ਦਿੱਕਤ ਵਾਲੀ ਚੀਜ਼ ਨਹੀਂ ਗੀ ਕਹਿੰਦਾ ਜਦੋਂ ਮੇਰੀ ਆਈ ਰਿਫਿਊਜ਼ਲ ਮੈਨੂੰ 1 ਮਹੀਨਾ ਦਾ ਮੇਰੀ ਰਿਫਿਊਜ਼ਲ ਬਾਰੇ ਨਹੀਂ ਦੱਸਿਆ ਗਿਆ ਫਿਰ ਜਦੋਂ ਮੈਂ ਦੁਬਾਰਾ ਜਾ ਕੇ ਜ਼ੋਰ ਪਾਇਆ ਮੈਨੂੰ ਰਿਫਿਊਜ਼ਲ ਲੈਟਰ ਮਿਲੀ ਤੇ ਮੈਨੂੰ ਪਤਾ ਲੱਗਾ ਕਿ ਮੇਰਾ ਬੈਨ ਲੱਗਾ ਆ ਵਾ ਹੁਣ ਉਹ ਕਹਿੰਦਾ ਜੀ ਉਹਨੇ ਦੱਸੋ ਮੈਂ ਅੱਗੇ ਹੀ ਕਰ ਸਕਦਾ ਮੈਂ ਕਹਿੰਦੀ 3 ਸਾਲ ਕੁਛ ਨਹੀਂ ਕਰ ਸਕਦਾ ਜੇਕਰ ਤੇਰੀ ਵਾਈਫ ਉੱਤੇ ਸਿਟੀਜ਼ਨਸ਼ਿਪ ਹੈ ਤੂੰ ਵਿਆਹ ਕਰਕੇ ਵਿਆਹ ਤੌਰ ਦੇ ਉੱਤੇ ਜਾ ਸਕਦਾ ਸੋ ਉਹਦੀਆਂ ਸਾਰੀਆਂ ਚੀਜ਼ਾਂ ਦਾ ਜਿਹੜਾ ਮੈਂ ਇੱਕ ਨਿਚੋੜ ਕੱਢਿਆ ਇਹ ਹੀ ਕੱਢਿਆ ਕਿ ਜਦੋਂ ਤੁਸੀਂ ਆਪਣੀ ਫਾਈਲ ਦੀ ਪੈਰਵਾਈ ਆਪ ਨਹੀਂ ਕਰਦੇ ਅਲੜ ਹੱਥ ਛੱਡ ਦਿੰਦੇ ਹੋ ਤੇ ਆਪਣੇ ਪੈਸੇ ਬਚਾਉਣ ਦੇ ਚੱਕਰਾਂ ਸ਼ਾਰਟਕੱਟ ਰਸਤੇ ਅਪਣਾਉਂਦੇ ਹੋ ਤੇ ਉੱਥੇ ਹੀ ਜਾ ਕਰਕੇ ਡਿੱਗਿਆ ਜਾਂਦਾ ਉੱਥੇ ਹੀ ਜਾ ਕੇ ਐਪਲੀਕੇਸ਼ਨ ਖਰਾਬ ਹੁੰਦੀ ਹੈ ਉੱਥੇ ਹੀ ਜਾ ਕੇ ਬੇੜਾ ਗਰਕ ਹੁੰਦਾ ਵਾ ਇੱਕ ਆਪਣੀ ਜ਼ਿੰਦਗੀ ਕਿਸੇ ਅਣਜਾਣ ਬੰਦੇ ਦੇ ਹੱਥ ਵਿੱਚ ਦੇ ਦੇਣਾ ਕੋਈ ਸਮਝਦਾਰੀ ਵਾਲਾ ਕੰਮ ਨਹੀਂ ਗਾ ਆਪਣੀ ਪ੍ਰੋਫਾਈਲ ਆਪਣਾ ਜਿਹੜਾ ਵੈ ਕਿਹੜੀ ਕੰਟਰੀ ਜਾਣਾ ਹੈ ਬਾਹਰ ਜਾ ਕੇ ਬਾਹਰ ਜਾਣਾ ਕਿਉਂ ਬਾਹਰ ਇਸੇ ਕਰਕੇ ਜਾਣਾ ਨਾ ਕਿ ਵਧੀਆ ਭਵਿੱਖ ਬਣਾਉਣਾ ਚਾਹੁੰਦੇ ਹੋ ਬਟ ਜੇ ਬਾਹਰ ਜਾ ਕੇ ਵੀ ਮੈਨੂੰ ਧੱਕੇ ਮਿਲੇ ਜਿੱਥੇ ਮੈਂ ਅੱਜ ਹਾਂ ਮੈਂ ਜੋ ਅਗਲਾ ਕਦਮ ਲੈ ਰਿਹਾ ਉਸ ਕਦਮ ਕਰਕੇ ਚਾਂਸ ਹੈ ਜਿੱਥੇ ਮੈਂ ਖੜਾ ਇਹ ਤੋਂ ਪਿੱਛੇ ਆ ਜਾਊਂਗਾ ਅਤੇ ਬਾਕੀ ਦਾ ਜਿਹੜਾ ਸਮਾਂ ਨਾ ਉਹ ਦੁਬਾਰਾ ਇੱਥੇ ਆਉਣ 'ਤੇ ਹੀ ਲੱਗ ਜਾਣਾ ਵੈ ਉਹ ਅੱਗੇ ਵਧਣਾ ਤਾਂ ਬਹੁਤ ਦੂਰ ਦੀ ਗੱਲ ਹੈ ਜਿਸ ਕਰਕੇ ਮੈਂ ਬੰਦਿਆਂ ਨੂੰ ਡਿਪਰੈਸ਼ਨ ਦੇ ਵਿੱਚ ਐਂਡ ਸਟ੍ਰੈਸ ਦੇ ਵਿੱਚ ਜਾਂਦੇ ਦੇਖਿਆ ਕਾਫੀ ਘਰ ਖਰਾਬ ਹੁੰਦੇ ਵੀ ਵੇਖਿਆ ਸੋ ਜਿਹਦੀ ਚੀਜ਼ ਹੈ ਆਪਣਾ ਜਦੋਂ ਤੁਸੀਂ ਆਪਣੀ ਬਾਹਰ ਜਾਣ ਦੀ ਗੱਲ ਕਰਦੇ ਆ ਅਤੇ ਆਪਣੀ ਐਪਲੀਕੇਸ਼ਨ ਜੋ ਤੁਹਾਡੀ ਪ੍ਰੋਫਾਈਲ ਹੈ ਉਹ ਜਿਹਦੀ ਕੰਟਰੀ ਦੀ ਰਿਕੁਆਇਰਮੈਂਟ ਨੂੰ ਮੀਟ ਕਰਦੀ ਹੈ ਉਸ ਕੰਟਰੀ ਵੱਲ ਆਪਣੀ ਫਾਈਲ ਲਗਾਓ ਇਹ ਨਹੀਂ ਕਿ ਅੱਜ ਤੋਂ 6 ਮਹੀਨੇ ਪਹਿਲੇ ਕਿਸੇ ਬੰਦੇ ਦਾ ਤੁੱਕਾ ਲੱਗ ਗਿਆ ਸੀ ਅਤੇ ਜ਼ਰੂਰੀ ਹੈ ਤੁਹਾਡਾ ਵੀ ਲੱਗ ਜਾਏਗਾ ਜੋ ਤੁਹਾਡੀ ਪ੍ਰੋਫਾਈਲ ਲਈ ਹੈ ਜੋ ਤੁਹਾਡੀ ਕੁਆਲੀਫਿਕੇਸ਼ਨ ਹੈ ਜੋ ਰਿਕੁਆਇਰਮੈਂਟ ਹੈ ਉਹ ਜਿਹਦੀ ਕੰਟਰੀ ਦੀ ਰਿਕੁਆਇਰਮੈਂਟ ਨੂੰ ਮੀਟ ਕਰ ਰਿਹਾ ਕਿਰਪਾ ਕਰਕੇ ਸਿਰਫ ਉਸ ਕੰਟਰੀ ਵੱਲ ਨੂੰ ਹੀ ਆਪਣਾ ਮੁੱਕ ਕਰੋ ਲੋਕਾਂ ਦਾ ਮੂੰਹ ਲਾਲ ਦੇ ਕੇ ਆਪਣਾ ਚਪੇੜਾ ਮਾਰ ਕੇ ਕਰਨ ਦੀ ਕੋਸ਼ਿਸ਼ ਨਾ ਕਰੋ ਉਹਦਾ ਨਤੀਜਾ ਐਂਡ 'ਤੇ ਰਿਫਿਊਜ਼ਲ ਧੱਕੇ ਪੈਸੇ ਖਰਾਬ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਉਂਦਾ ਦੈਨ ਬੰਦਾ ਕਹਿੰਦਾ ਮੇਰਾ ਤਾਂ ਹੁਣ ਮੋਰਾਲ ਖਤਮ ਹੋ ਗਿਆ ਮੇਰਾ ਬਾਹਰ ਜਾਣ 'ਤੇ ਦਿਲ ਨਹੀਂ ਬਾਹਰ ਜਾਣ 'ਤੇ ਦਿਲ ਨਹੀਂ ਉਹ ਤਾਂ ਪਹਿਲੇ ਵੀ ਨਹੀਂ ਸੀ ਜਾ ਸਕਦਾ ਪਹਿਲੇ ਵੀ ਤਾਂ ਧੱਕਾ ਹੀ ਕੀਤਾ ਨਾ ਆਪਣੇ ਆਪ ਦੇ ਨਾਲ ਹੁਣ ਜਦੋਂ ਮੈਂ ਅੱਜ ਜਾ ਕੇ ਸੋਚਿਆ ਧੱਕਾ ਖਾਣ ਤੋਂ ਬਾਅਦ ਕਿ ਮੈਂ ਬਾਹਰ ਦਾ ਹੁਣ ਅਪਲਾਈ ਨਹੀਂ ਕਰਨਾ ਦੈਨ ਉਹ ਜਿਹਦੀ ਸਟੇਜ ਸੀ ਔਰ ਪਹਿਲੇ ਵਾਲੀ ਸਟੇਜ ਸੀ ਫਾਈਨੈਂਸ਼ੀਅਲ ਲਾਸ ਕਿੰਨਾ ਆ ਗਿਆ ਗੈਪ ਕਿੰਨਾ ਆ ਗਿਆ ਕਦੀ ਉਹ ਵਾਲੀ ਚੀਜ਼ ਵੱਲ ਵੀ ਦੇਖੋ ਅੱਗੇ ਵਧਣ ਦੀ ਅਸੀਂ ਗੱਲ ਕਰਦੇ ਹਾਂ ਆਪਣੀ ਪ੍ਰੋਫਾਈਲ ਜਿਹਨੂੰ ਪੰਜਾਬੀ 'ਚ ਕਹਿੰਦੇ ਨਾ ਸਾਡੇ ਸਿਆਣੇ ਕਹਿੰਦੇ ਆਪਣੀ ਬੇੜੀ ਥੱਲੇ ਸੋਟਾ ਮਾਰਨਾ ਚਾਹੀਦਾ ਆਪਣੀ ਬੇੜੀ ਥੱਲੇ ਸੋਟਾ ਮਾਰ ਲਓ ਕਿ ਵੀ ਕਿਹੜੀ ਕੰਟਰੀ ਨੂੰ ਪ੍ਰੋਫਾਈਲ ਸੂਟ ਕਰਦੀ ਹੈ ਉਸ ਕੰਟਰੀ ਨੂੰ ਐਪਲੀਕੇਸ਼ਨ ਲਗਾਓ ਜਿਹੜੀ ਤੁਸੀਂ ਦੋ ਵਿਦਿਆਰਥੀਆਂ ਦੀ ਡਿਸਕਸ ਕੀਤੀ ਚਾਰਾਂ ਦੀ ਡਿਸਕਸ ਕੀਤੀ ਕਿ ਬੈਨ ਲੱਗ ਗਿਆ ਇੱਥੇ ਇੱਕ ਸਵਾਲ ਮੈਂ ਏਜੰਟਸ ਭਰਾਵਾਂ ਲਈ ਉਠਾਉਣਾ ਚਾਹੂੰਗਾ ਕੋਈ ਵੀ ਬੰਦਾ ਦੁਕਾਨਦਾਰੀ ਆਪਣੀ ਖਰਾਬ ਨਹੀਂ ਕਰਦਾ ਜਾਣਬੁੱਝ ਕੇ ਕੋਈ ਰਿਫਿਊਜ਼ਲ ਨਹੀਂ ਲਵਾਉਂਦਾ ਜਾਣਬੁੱਝ ਕੇ ਕੋਈ ਕਿਸੇ 'ਤੇ ਬੈਨ ਨਹੀਂ ਲਵਾਉਂਦਾ ਜਦੋਂ ਗਾਈਡਲਾਈਨਸ ਨਹੀਂ ਪਤਾ ਪ੍ਰੋਫਾਈਲਸ ਕਿਉਂ ਫੜੀ ਜਾਂਦੀ ਹੈ ਦੂਜਾ ਮੇਰਾ ਸਵਾਲ ਹੈ ਕਿ ਇੰਨਾ ਕੁ ਵੀ ਨਹੀਂ ਅਸੀਂ ਪੜ੍ਹ ਸਕਦੇ ਇੰਨੀ ਕੁ ਵੀ ਤਿਆਰੀ ਨਹੀਂ ਕਰ ਸਕਦੇ ਇੰਨੇ ਕੁ ਵੀ ਅਸੀਂ ਕਾਬਲ ਨਹੀਂ ਹੋ ਸਕਦੇ ਕਿਸੇ ਬੱਚੇ ਦੀ ਲਾਈਫ ਮੈਂ ਕੱਲ੍ਹ ਕਿਸੇ ਏਜੰਟਸ ਨਾਲ ਸ਼ੋਅ ਕਰ ਰਿਹਾ ਸੀ ਬੜੀ ਵਧੀਆ ਉਹ ਗੱਲ ਦੱਸ ਕੇ ਕਹਿੰਦੇ ਜੀ ਲਾਈਫ ਅਤੇ ਫਾਈਲ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ ਅੱਖਰ ਉਹੀ ਨੇ ਅੱਗੇ ਪਿੱਛੇ ਹੋਏ ਹੋਏ ਨੇ ਅੱਖਰ ਉਹੀ ਨੇ ਸੋ ਜੋ ਅਸੀਂ ਜ਼ਿੰਦਗੀ ਉਹਦੀ ਲਾਈਫ ਦੇ ਨਾਲ ਖੇਡਦੇ ਹਾਂ ਮਾੜੀ ਪ੍ਰੋਫਾਈਲ ਜਾਂ ਫਾਈਲ ਨੂੰ ਅੰਦਰ ਅਸੀਂ ਪ੍ਰੈਜੈਂਟ ਕਰਦੇ ਹਾਂ ਤਾਂ ਜ਼ਿੰਦਗੀ ਉਹਦੀ ਬਰਬਾਦ ਹੁੰਦੀ ਹੈ ਕੀ ਕਾਰਨ ਹੈ ਏਜੰਟਸ ਇੰਨੀ ਕਾਬਲੀਅਤ ਨਹੀਂ ਜਾਂ 4 ਅੱਖਰ ਉਹਦੇ ਯੋਗ ਵੀ ਨਹੀਂ ਹੈ ਕਿ ਉਹ ਪੜ੍ਹ ਕੇ ਉਹਦੀ ਤਿਆਰੀ ਕਰ ਲਵੇ ਕੀ ਕਾਰਨ ਹੁੰਦਾ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਅੱਜ ਨਹੀਂ ਹਰ ਰੋਜ਼ ਨਿੱਤ ਦਿਹਾੜੇ ਹੁੰਦੀਆਂ ਨੇ ਨਿੱਤ ਦਿਹਾੜੀਆਂ ਰਿਜੈਕਸ਼ਨਸ ਆਉਂਦੀਆਂ ਨੇ ਠੀਕ ਹੈ ਕੋਈ ਜੈਨੂਨ ਰਿਜੈਕਸ਼ਨ ਆ ਗਈ ਜੈਨੂਨ ਵਜ੍ਹਾ ਨਾਲ ਜਿਵੇਂ ਤੁਸੀਂ ਹੁਣ ਗੱਲ ਦੱਸੀ ਹੈ ਕਿ ਐਡੇ ਐਡੇ ਕਾਰਨ ਐਡੇ ਐਡੇ ਬੱਚਿਆਂ ਦੇ ਬੈਨਸ ਲੱਗ ਗਏ ਜ਼ਿੰਦਗੀਆਂ ਖਰਾਬ ਹੋ ਗਈਆਂ ਇਹ ਕੀ ਕਾਰਨ ਹੁੰਦਾ ਪਹਿਲੀ ਚੀਜ਼ ਤਾਂ ਦੇਖੋ ਜੀ ਇਹ ਕਾਰੋਬਾਰ ਦੇ ਵਿੱਚ ਜਿਹੜਾ 80-85% ਲੋਕ ਜਿਹੜੇ ਕੰਮ ਕਰ ਰਹੇ ਆ 85%
ਇਹ ਤਾਂ ਸਿਰਫ ਹੈਗਾ ਕਿ ਵੀ ਚਾਰ ਗੱਲਾਂ ਸੁਣ ਲਈਆਂ, ਚਾਰ ਮਿੱਤਰਾਂ ਨਾਲ ਬੈਠ ਗਏ, ਦੋ ਚਾਰ ਵਾਰ ਬਾਹਰ ਘੁੰਮ ਫਿਰ ਆਏ ਅਤੇ ਸਮਝ ਆ ਗਈ ਕਿ ਜੀ ਆਹ ਤਾਂ ਕੰਮ ਬਾਹਰ ਵੀ ਨਹੀਂ ਗਏ। ਠੀਕ ਹੈ ਜੀ, ਸਟੂਡੈਂਟ ਲਾਈਫ ਕੀ ਹੁੰਦੀ ਹੈ, ਸਟੂਡੈਂਟ ਪੇਨ ਕੀ ਹੁੰਦੀ ਹੈ, ਸਟੂਡੈਂਟ ਔਕੜਾਂ ਕੀ ਹੁੰਦੀ ਹੈ। ਇੱਕ ਹੁੰਦਾ ਜਾਣਕਾਰੀ ਹਾਸਿਲ ਕਰਨਾ, ਇੱਕ ਹੁੰਦਾ ਉਹਦੇ ਵਿੱਚੋਂ ਨਿਕਲਣਾ। ਆਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਹੈ। ਅਸੀਂ ਲੋਕਾਂ ਦਾ ਦੁੱਖ ਵੰਡ ਸਕਦੇ ਹਾਂ, ਹੌਸਲਾ ਦੇ ਸਕਦੇ ਹਾਂ, ਬਟ ਆਪਣੇ 'ਤੇ ਕੀ ਬੀਤ ਰਹੀ ਹੈ ਉਹ ਆਪ ਨੂੰ ਹੀ ਪਤਾ ਵੈ। ਪੜ੍ਹਾਈ ਦੀ ਗੱਲ ਰਣਵੀਰ ਜਿੱਥੇ ਤੁਸੀਂ ਕੀਤੀ ਹੈ, ਅਨਫੋਰਚੂਨੇਟਲੀ 85-90% ਆਪਣੀ ਇੰਡਸਟਰੀ ਦੇ ਲੋਕਾਂ ਨੂੰ ਤਾਂ ਇੰਗਲਿਸ਼ ਬੋਲਣੀ ਨਹੀਂ ਆਉਂਦੀ। 15-20 ਮਿੰਟ ਉਹ ਫੋਨ 'ਤੇ ਗੱਲ ਹੀ ਨਹੀਂ ਕਰ ਸਕਦੇ ਗੇ। ਜੇਕਰ ਉਹਨਾਂ ਨੂੰ ਕੋਈ ਲੰਬੀ ਚੌੜੀ ਈਮੇਲ ਟਾਈਪ ਕਰਨ ਨੂੰ ਕਹਿ ਦਿਉ ਤਾਂ ਉਹਨਾਂ ਤੋਂ ਨਹੀਂ ਹੁੰਦੀ। ਉਹਨਾਂ ਨੇ ਆਪਣੇ ਸਟਾਫ ਰੱਖੇ ਹੋਏ ਕਿ ਵੀ ਜਿਹੜੇ ਇੰਗਲਿਸ਼ ਦੇ ਵਿੱਚ ਉਹ ਗੱਲ ਕਰ ਸਕਣ ਜੀ। ਤੀਸਰੀ ਚੀਜ਼ ਜਿਹੜੀ ਹੈਗੀ ਹੈ, ਇਹਦੇ ਵੀ ਦੇਖਦੇ ਹਾਂ ਕਿ ਪੜ੍ਹਾਈ ਦਾ ਇੱਕ ਨਾ ਚੀਜ਼ ਇੱਕ ਪੈਸ਼ਨ ਹੁੰਦਾ। ਆਹ ਵਾਲਾ ਕਾਰੋਬਾਰ ਦੇ ਵਿੱਚ ਵੇਚਣ ਵਾਸਤੇ ਤੁਸੀਂ ਆਪਣੇ ਘਰੋਂ ਆਪਣੀ ਫਾਈਲ ਚੱਕ ਕੇ ਆਉਂਦੇ ਹੋ, ਪੈਸੇ ਜੇਬ 'ਚ ਪਾ ਕੇ ਲੈ ਕੇ ਆਉਂਦੇ ਹੋ। ਵੇਚਣ ਵਾਸਤੇ ਕੁਛ ਨਹੀਂ ਹੈਗਾ ਕਿਸੇ ਵੀ ਏਜੰਟ ਕੋਲ, ਸਿਵਾਏ ਇੱਕ ਸਰਵਿਸਿਜ਼ ਦੇ, ਸਿਵਾਏ ਇੱਕ ਨੌਲੇਜ ਦੇ। ਔਰ ਉਹੀ ਨੌਲੇਜ ਦੀ ਘਾਟ ਹੈ ਜਿਸ ਕਰਕੇ ਐਪਲੀਕੇਸ਼ਨ ਰਿਜੈਕਟ ਹੁੰਦੀ ਹੈ। ਤੁਹਾਨੂੰ ਇੱਦਾਂ ਲੱਗਦਾ ਕਿ ਵੀ ਦੇਖਣ ਨੂੰ ਕਿ ਯਾਰ ਉਹੀ ਵਾਲੀ ਚੀਜ਼ ਹੈ, ਲੱਗਣਾ ਤਾਂ ਵੀਜ਼ਾ ਹੀ ਹੈ, ਜਾਣਾ ਤਾਂ ਬਾਹਰ ਹੀ ਹੈ। ਆਹ ਦੇਖੋ ਜੀ ਕਿੰਨੇ ਬੜੇ ਵੀਜ਼ੇ ਲੱਗੇ ਹੋਏ ਹੈ, ਨੋਟਿਸ ਬੋਰਡ 'ਤੇ ਉਹੀ ਉਹ ਫੋਟੋਆਂ ਘੁੰਮਾ ਫਿਰਾ ਕੇ ਲਾਈਆਂ ਹੁੰਦੀਆਂ। ਉਹ ਜਿਹੜੀ ਬੇਸ ਹੈ, ਇੱਕ ਹੁੰਦੀ ਹੈ ਸਟਾਫ ਬੇਸ ਨੌਲੇਜ, ਕਿ ਜਿਹੜਾ ਸਟਾਫ ਤੁਸੀਂ ਐਕਸਪੀਰੀਅੰਸ ਰੱਖ ਲਿਆ ਸੱਜੇ ਖੱਬੇ ਉਹ ਪੱਟ ਕੇ। ਠੀਕ ਹੈ, ਤੁਸੀਂ ਕਿਤੇ ਨੌਕਰੀ ਕਰਦੇ ਸੀ, ਦੋ ਚਾਰ ਸਾਲ ਕੰਮ ਕਰਕੇ ਤੁਹਾਨੂੰ ਇੰਨੀ ਅਕਲ ਆ ਗਈ ਕਿ ਜੀ ਹੁਣ ਜੀ ਮੈਂ ਆਪਣਾ ਕੰਮ ਕਰ ਲਵਾਂਗਾ। ਉਹਦਾ ਇਹ ਮਤਲਬ ਨਹੀਂ ਗਾ ਤੁਸੀਂ ਕੋਈ ਪੜ੍ਹਾਈਆਂ ਵੱਲ ਧਿਆਨ ਦਿੱਤਾ, ਉਹਦਾ ਕੋਈ ਇਹ ਮਤਲਬ ਨਹੀਂ ਗਾ ਕਿ ਵੀ ਐਕਚੁਅਲ ਤੁਸੀਂ ਉਹਦੀਆਂ ਰੂਟਸ ਦੇ ਵਿੱਚ ਪੜ੍ਹੇ ਹੋ। ਜਦ ਤੱਕ ਫਾਈਲਾਂ ਤੁਹਾਡੀਆਂ ਆਪਣੇ ਹੱਥੋਂ ਨਹੀਂ ਗਈਆਂ ਜਾਂ ਤੁਸੀਂ ਆਪ ਉਸ ਲਾਈਫ 'ਚੋਂ ਨਹੀਂ ਨਿਕਲੇ, ਤੁਹਾਨੂੰ ਉਸ ਪੇਨ ਦਾ ਨਹੀਂ ਪਤਾ, ਤੁਹਾਡਾ ਬਾਹਰ ਦਾ ਯੂਨੀਵਰਸਿਟੀਜ਼ ਦੇ ਨਾਲ, ਕਾਲਜਿਸ ਦੇ ਨਾਲ, ਤੁਸੀਂ ਆਪ ਉੱਥੇ ਜਾ ਕੇ ਸਟੂਡੈਂਟ ਲਾਈਫ ਨੂੰ ਨਹੀਂ ਦੇਖ ਰਹੇ ਕੀ ਸਟਰਗਲਸ ਉਹ ਕਰਦੇ ਨੇ ਵੀਜ਼ਾ ਤੋਂ ਬਾਅਦ, PR ਲੈਣ ਦੇ ਟਾਈਮ ਦੇ ਉੱਤੇ, ਪੜ੍ਹਾਈ ਦੇ ਦੌਰਾਨ। ਤਦ ਤੱਕ ਇਹ ਵਾਲੀ ਚੀਜ਼ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਬਦਲਾਵ ਆ ਸਕਦਾ। ਇਹ ਤਾਂ ਇਹਦਾ ਬਦਲਾਵ ਇੱਕੋ ਜਿਹੜੀ ਹੈਗਾ ਵਰਗ ਲਿਆ ਸਕਦਾ, ਉਹ ਹੈ ਸਟੂਡੈਂਟ ਆਪ ਜੀ। ਜਿਸ ਦਿਨ ਸਟੂਡੈਂਟ ਆਪ ਇਹ ਸੋਚ ਲੂਗਾ ਯਾਰ ਕਿ ਮੈਨੂੰ ਤਾਂ ਸਿਰਫ ਔਰ ਸਿਰਫ ਜਿਹੜਾ ਵਾ ਉਹ ਕਿਸੇ ਬ੍ਰਾਂਡ ਕੋਲ ਜਾਣਾ, ਹੋਰ ਕੋਲ ਜਾਣਾ, ਕਿ ਜਿਹੜਾ ਬੰਦਾ ਔਰਗਨਾਈਜੇਸ਼ਨ ਨੂੰ ਚਲਾ ਰਿਹਾ ਉਹਨੂੰ ਡੈਪਥ ਤੱਕ ਨੌਲੇਜ ਹੈ, ਉਸ ਦਿਨ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ। ਇੱਕ ਸਵਾਲ ਸਿਰਫ ਚੱਲਦੇ ਚੱਲਦੇ, ਇੱਕੋ ਹੀ ਮਿੰਟ ਬਚਿਆ ਦੋ ਸਾਡੇ ਕੋਲ। ਕੈਨੇਡਾ ਨੂੰ ਲੈ ਕੇ ਤੁਸੀਂ ਕਾਫੀ ਸਾਰੇ ਸਮਝੌਤੇ ਪਿੱਛੇ ਜੇ ਓਨਟਾਰੀਓ ਟ੍ਰੇਡ ਨੂੰ ਲੈ ਕੇ ਕੀਤੇ ਨੇ, ਸੋ ਬੱਚਿਆਂ ਲਈ ਕੀ ਬੈਨੀਫਿਟ ਹੋਣਗੇ ਇਸ ਚੀਜ਼ ਦੇ ਮਾਮਲੇ ਦੇ ਵਿੱਚ? ਇਹ ਬੜਾ ਜਿਹੜਾ ਵਾ ਕਿ ਓਨਟਾਰੀਓ ਟ੍ਰੇਡ ਦਾ ਜਦੋਂ ਇੱਥੇ ਮਿਸ਼ਨ ਟੂ ਇੰਡੀਆ ਹੈਗਾ ਸੀ, ਉੱਥੋਂ ਦੇ ਪ੍ਰੀਮੀਅਰ ਆਏ ਹੋਏ ਸੀ, ਇੱਕ ਪ੍ਰਿੰਸ ਐਡਵਰਡ ਤੋਂ ਆਏ ਸੀ, ਇੱਕ ਸਟੇਟ ਆਫ ਓਨਟਾਰੀਓ ਤੋਂ ਆਏ ਹੋਏ ਸੀ, ਨਾਲ ਸਾਡੇ ਇੱਥੇ ਕੌਂਸਲੇਟ ਜਨਰਲ ਚੰਡੀਗੜ੍ਹ ਤੋਂ ਵੀ ਇਹ ਉੱਥੇ ਜਿਹੜੇ ਉਹਨਾਂ ਦੇ ਹੈੱਡ ਆਏ ਹੋਏ ਸੀ, ਇਮੀਗ੍ਰੇਸ਼ਨ ਮਿਨਿਸਟਰ ਨਾਲ ਗਏ ਸੀ। ਸੋ ਉੱਥੇ ਅਸੀਂ ਜਿਹੜਾ ਵਾ ਕਿ ਵੀ ਟ੍ਰੇਡ ਦਾ ਸਮਝੌਤਾ ਕੀਤਾ ਵਾ ਉੱਥੋਂ ਦੇ ਕਮਿਊਨਿਟੀ ਕਾਲਜਿਸ ਦੇ ਨਾਲ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਕਾਲਜ ਹੈਗਾ ਵਾ ਸਟੈਲੀਅਨ ਇੰਸਟੀਟਿਊਟ ਆਫ ਇੰਟਰਨੈਸ਼ਨਲ ਸਟੱਡੀਜ਼, ਉਹਦੇ ਵਿੱਚ ਅਸੀਂ ਬ੍ਰਿਜਿੰਗ ਪ੍ਰੋਗਰਾਮ ਔਨ ਦ ਬ੍ਰਿਜਿੰਗ ਪ੍ਰੋਗਰਾਮ ਅਤੇ ਨਾਲ ਦੇ ਨਾਲ ਜਿਹੜਾ ਹੈਗਾ ਵਾ ਟ੍ਰੇਡ ਦੇ ਪ੍ਰੋਗਰਾਮ ਉਹ ਅਸੀਂ ਇੱਥੇ ਚਲਾਵਾਂਗੇ, ਕਿ ਵੀ ਜਿਹੜੇ ਬੰਦੇ ਉੱਥੇ ਜਾ ਕੇ ਕੰਮ ਕਰਨਾ ਚਾਹੁੰਦੇ ਨੇ ਕੈਨੇਡਾ, ਉਹ ਟ੍ਰੇਡ ਦੇ ਕੋਰਸਿਸ ਇੱਥੇ ਕਰਨ ਤੋਂ ਬਾਅਦ ਆਪਣਾ ਕੈਨੇਡਾ ਦੀ ਜਿਹੜੀ ਸਕਿੱਲਡ ਕੈਟੇਗਰੀ ਹੈ ਉਹ 'ਚ ਆਪਣੀ PR ਵੀ ਪਾ ਸਕਣਗੇ, ਉੱਥੇ ਬਾਹਰ ਕੰਮ ਕਰਨ ਵਾਸਤੇ ਵੀ ਜਾ ਸਕਣਗੇ। ਸਿਰਫ ਉਹਨਾਂ ਨੂੰ ਕੀ ਹੈ ਕਿ ਉੱਥੋਂ ਦੀ ਇੱਕ ਸਰਟੀਫਿਕੇਸ਼ਨ ਨਹੀਂ ਹੈ, ਉਹ ਸਰਟੀਫਿਕੇਸ਼ਨ ਜਿਹੜੇ ਟ੍ਰੇਡ ਦੇ ਕੋਰਸਿਸ ਆ ਉੱਥੇ ਸ਼ੁਰੂ ਕਰਾਂਗੇ। ਹਜੇ ਉਹ ਸਮਾਂ ਲੱਗੇਗਾ ਕਿਉਂਕਿ ਹਜੇ ਸਿਰਫ ਸਮਝੌਤਾ ਹੋਇਆ ਐਂਡ ਬਾਕੀ ਚੀਜ਼ਾਂ ਜਿਹੜਾ ਇੱਥੇ ਸੈਟਅਪ ਕਰਨਾ, ਇਨਫਰਾਸਟ੍ਰਕਚਰ ਕਰਨਾ, ਉਹਦੇ ਵਿੱਚ ਸਮਾਂ ਲੱਗੇਗਾ। ਜਿਹੜਾ ਬ੍ਰਿਜਿੰਗ ਪ੍ਰੋਗਰਾਮ ਹੈ ਉਹ ਅਸੀਂ ਜੁਲਾਈ ਤੋਂ ਸ਼ੁਰੂ ਕਰ ਰਹੇ ਹਾਂ ਅਤੇ ਸਟੈਲੀਅਨ ਦੇ ਆਪਣੇ ਕੈਂਪਸ ਦੇ ਉੱਤੇ ਨਵਾਂ ਕੈਂਪਸ ਲਿੱਤਾ ਐਂਡ ਉਹਦੇ ਵਿੱਚ ਜਿਹੜਾ ਵਾ ਜੁਲਾਈ ਇਨਟੇਕ ਦੇ ਵਿੱਚ ਬ੍ਰਿਜਿੰਗ ਪ੍ਰੋਗਰਾਮ ਸਾਡੀ ਸ਼ੁਰੂਆਤ ਹੋ ਜਾਏਗੀ। ਜਿਹੜਾ ਹੈਗਾ ਵਾ ਅਪ੍ਰੈਲ ਦੇ ਵਿੱਚ ਸਾਡਾ ਸਟੈਲੀਅਨ ਦਾ ਅਗਲਾ ਇਨਟੇਕ ਜਿਹੜਾ ਵਾ ਉਹ ਆ ਰਿਹਾ। ਹਾਂਜੀ ਕਮਿੰਗ, ਹਾਂਜੀ ਜਿਹੜਾ ਇਹ 4 April ਨੂੰ ਇਹ ਜਿਹੜਾ ਸਾਡਾ ਅਗਲਾ ਇਨਟੇਕ ਆ ਰਿਹਾ ਉਹਦੀ ਅਸੀਂ ਪ੍ਰਮੋਸ਼ਨਸ ਬਹੁਤ ਛੇਤੀ ਸ਼ੁਰੂ ਕਰਾਂਗੇ। ਗੁਰਿੰਦਰ ਜੀ ਥੈਂਕ ਯੂ, ਅੱਜ ਦੇ ਇਸ ਸ਼ੋਅ ਦੇ ਵਿੱਚ ਆਸਟ੍ਰੇਲੀਆ ਦੀਆਂ ਪ੍ਰੋਫਾਈਲਸ ਡਿਸਕਸ ਕਰਨ ਲਈ, ਕਾਫੀ ਸਾਰੀਆਂ ਟੈਕਨੀਕਲ ਗੱਲਾਂ ਅਵੇਅਰਨੈਸ ਲਈ ਔਰ ਟ੍ਰੇਡ ਪ੍ਰੋਗਰਾਮਸ ਦੀ ਨੌਲੇਜ ਦੇਣ ਵਾਸਤੇ। ਦਰਸ਼ਕਾਂ ਦਾ ਵੀ ਧੰਨਵਾਦ ਮੈਂ ਕਰਨਾ ਚਾਹੂੰਗਾ। ਆਪਣੀ ਫੀਡਬੈਕ ਸਾਨੂੰ ਤੁਸੀਂ ਭੇਜ ਸਕਦੇ ਹੋ ਦੇਸ਼ ਪ੍ਰਦੇਸ਼ ਲਾਈਵ ਦੇ ਫੇਸਬੁੱਕ ਪੇਜ ਦੇ ਉੱਪਰ, ਤੁਹਾਡੇ ਭੇਜੇ ਹੋਏ ਸਵਾਲਾਂ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਸੰਚਾਲਨ ਦਾ ਜਿਹੜਾ ਹੈਗਾ ਜ਼ਰੀਆ ਬਣਾਵਾਂਗੇ। ਸ਼ੁਕਰੀਆ, ਧੰਨਵਾਦ। ਆਸਟ੍ਰੇਲੀਆ ਦੀ ਸਟੱਡੀ ਲਈ ਦੇਰੀ ਕਿਉਂ? ਪੁੱਠੋ ਤੇ ਕਾਲ ਕਰੋ ESS ਗਲੋਬਲ ਨੂੰ ਤੇ ਪਾਓ ਵੀਜ਼ਾ ਸਮੇਤ ਪੂਰੀ ਕਰੀਅਰ ਕਾਉਂਸਲਿੰਗ ਦੀ ਜਾਣਕਾਰੀ। ਵਿਦੇਸ਼ ਜਾਣ ਦੇ ਤੁਹਾਡੇ ਸੁਪਨੇ ਪੂਰੇ ਕਰੇਗੀ ਸਾਡੀ ਐਕਸਪਰਟ ਟੀਮ। ਕੰਟੈਕਟ ESS ਗਲੋਬਲ 9988355011।